ਸਕਸੈਸਫੁਲ ਮੰਨਦੇ ਹੋ ਆਪਣੇ ਆਪ ਨੂੰ? ਚੰਗਾ ਕੰਮ ਕਰ ਰਹੇ ਹਾਂ ਅਤੇ ਇੱਜ਼ਤ ਮਾਣ ਮਿਲ ਰਿਹਾ, ਰਿਸਪੈਕਟ ਮਿਲ ਰਹੀ ਆ, ਰੋਟੀ ਵਧੀਆ ਖਾ ਰਹੇ ਹਾਂ ਅਤੇ ਫੈਮਿਲੀ ਆ ਸਾਰਿਆਂ ਨਾਲ, ਮਤਲਬ ਦੋਸਤ ਮਿੱਤਰਾਂ ਨਾਲ ਬਹੁਤ ਪਿਆਰ ਹੈ, ਸਤਿਕਾਰ ਹੈ, ਹੈ ਨਾ। ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਇਨਸਾਨ ਹੈਗਾ ਬਹੁਤ ਲਾਲਚੀ, ਜਦੋਂ ਕਿਸ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਨਾ ਤਾਂ ਉਹਦੀਆਂ ਖੁਆਇਸ਼ਾਂ ਨੇ ਜਿਹੜੀਆਂ ਉਹ ਅੱਗੇ ਦੀਆਂ ਹੋ ਜਾਂਦੀਆਂ ਨੇ ਕਿ ਯਾਰ ਇਹ ਤਾਂ ਮੇਰਾ ਹੀ ਆ, ਹੁਣ ਮੈਂ ਆਹ ਕਰਾਂ, ਮੈਂ ਉਹ ਕਰਾਂ। ਮੈਂ ਇਹ ਕਹਿੰਦਾ ਕਿ ਆਦਮੀ ਜਿੰਨੀ ਦੇਰ ਸੰਤੁਸ਼ਟ ਨਹੀਂ ਹੁੰਦਾ ਬਸ ਉੰਨੀ ਦੇਰ ਕੋਈ ਕਾਮਯਾਬੀ ਨਹੀਂ, ਉੰਨੀ ਦੇਰ ਕੋਈ ਸਕਸੈਸ ਨਹੀਂ। ਜਦੋਂ ਖੁਸ਼ ਹੁੰਦਾ ਕਿ ਯਾਰ ਹਾਂ ਕਿ ਯਾਰ ਅੱਜ ਮੈਂ ਹੈਪੀ ਹਾਂ, ਕਿ ਯਾਰ ਅੱਜ ਆਹ ਚੀਜ਼ਾਂ ਤਾਂ ਸਮਝ ਲਓ, ਫਿਰ ਉਹਦੀਆਂ ਚੀਜ਼ਾਂ ਦਾ ਮੁੱਲ ਪਿਆ। ਹਨ ਤੁਹਾਡੇ ਕਿਹੜੀ ਦਿਮਾਗ 'ਚ ਆਈਆਂ ਨੇ ਚੀਜ਼ਾਂ ਕਿ ਯਾਰ ਇਹ ਚੱਲੀ ਕੀ ਜਾਂਦਾ, ਸੁਪਨੇ ਹੀ ਹੋ ਰਿਹਾ ਕਿਤੇ, ਕਿਉਂਕਿ ਸ਼ਿੰਦਾ ਵਧੀਆ ਕੰਮ ਕਰ ਰਹੀ, ਲੋਕ ਉਹਨੂੰ ਇੰਨਾ ਜ਼ਿਆਦਾ ਪਿਆਰ ਕਰ ਰਹੇ ਆ, ਮੇਰਾ ਮਾਣ ਲੋਕ ਇੰਨਾ ਕਰਦੇ ਆ, ਇੱਜ਼ਤ ਲੋਕ ਮੈਨੂੰ ਵੱਧ ਬਖਸ਼ਦੇ ਆ ਜਦੋਂ ਜਿੱਥੇ ਵੀ ਜਾਂਦਾ ਵਾਂ। ਮੈਂ ਆਪਣੀ ਵਾਈਫ ਨਾਲ ਬਹੁਤ ਡਿਸਕਸ ਕਰਦਾ ਹੁੰਦਾ, ਮੈਂ ਯਾਰ ਆਪਾਂ ਦੇਖ ਟੱਚ ਵੁੱਡ ਕਦੇ ਸੋਚਿਆ ਨਹੀਂ ਸੀ, ਹੈ ਨਾ, ਕਿ ਆਪਾਂ ਇਸ ਪੁਜੀਸ਼ਨ ਦੇ ਉੱਤੇ ਅੱਜ ਹੈਗੇ ਹਾਂ, ਕਿ ਵਾਹਿਗੁਰੂ ਨੇ ਸਾਡੇ 'ਤੇ ਇੰਨੀ ਮਿਹਰ ਕੀਤੀ ਹੈ, ਇੰਨੀ ਕਿਰਪਾ ਕੀਤੀ ਹੈ। ਇੱਕ ਚੀਜ਼ ਦਾ ਡਰ ਲੱਗਿਆ ਰਹਿੰਦਾ ਕਿ ਯਾਰ ਵੀ ਕੁਛ ਕੋਈ ਚੀਜ਼ ਰੋਂਗ ਨਾ ਕਰ ਦਈਏ, ਹੈ ਨਾ, ਕੋਈ ਚੀਜ਼ ਇਹੋ ਜਿਹੀ ਚੀਜ਼ ਨਾ ਬਣਾ ਦਈਏ, ਕੋਈ ਗਲਤ ਚੀਜ਼ ਨਾ ਹੋ ਜਾਵੇ, ਕੋਈ ਲੋਕ ਜਿਹੜੇ ਤੁਹਾਡੇ ਤੋਂ ਇੰਨੀ ਐਕਸਪੈਕਟੇਸ਼ਨ ਕਰਦੇ ਆ ਉਹਨਾਂ ਦੇ ਲਈ ਕੋਈ ਇਹੋ ਜਿਹਾ ਕੁਛ ਨਾ ਲੈ ਕੇ ਚਲੇ ਜਾਈਏ ਕਿ ਯਾਰ ਉਹ ਕਹਿਣ ਕੇ ਤੁਹਾਨੂੰ ਇਹਦੀ ਕੀ ਲੋੜ ਸੀ, ਹੈ ਨਾ। ਲਾਸਟ ਟਾਈਮ ਤੁਹਾਡੇ ਅੱਗੇ ਕਦੋਂ ਇਹ ਚੀਜ਼ ਆਈ ਸੀਗੀ, ਕੋਈ ਈਗੋ ਸ਼ੀਗੋ ਕੁਛ ਹੰਕਾਰ ਵਾਲੀ ਚੀਜ਼ ਤੁਹਾਡੀ ਜ਼ਿੰਦਗੀ 'ਚ ਕਦੀ ਆਈ ਆ? ਜ਼ਿੰਦਗੀ ਅਸੀਂ ਆਪਣੀ ਲਾਈਫ 'ਚ ਬਹੁਤ ਗਲਤੀਆਂ ਕੀਤੀਆਂ ਹੋਣਗੀਆਂ, ਮੈਂ ਕਿਹੜਾ ਜਾਣ ਬੁੱਝ ਕੇ ਕੀਤੀਆਂ ਹੋਣੀਆਂ, ਹੈ ਨਾ, ਮੈਨੂੰ ਉੰਨੀ ਕੀ ਮਤ ਹੋਣੀਆਂ, ਉੰਨੀ ਕੀ ਸਮਝ ਹੋਣੀਆਂ, ਉਹਦੇ ਕਰਕੇ ਉਹ ਚੀਜ਼ਾਂ ਕੀਤੀਆਂ ਗਈਆਂ ਹੋਣੀਆਂ। ਭੱਜ ਦੌੜ ਆ ਜਿਹੜੀ ਲਾਈਫ ਦੇ ਵਿੱਚ, ਇਹ ਭਾਜੀ ਜ਼ਿੰਦਗੀ 'ਚ ਕਦੇ ਖਤਮ ਨਹੀਂ ਹੋਣੀ ਹੈਗੀ, ਨਾ ਇਹਦਾ ਕੋਈ ਆਪਾਂ ਜਿਵੇਂ ਪਹਿਲਾਂ ਵੀ ਮੈਂ ਕਿਹਾ ਵੀ ਕੋਈ ਮਾਪਦੰਡ ਹੈ ਨਹੀਂ ਇਹਦਾ, ਹੈ ਨਾ। ਕਰੋੜ ਰੁਪਏ ਵਾਲਾ ਵੀ ਅਮੀਰ ਆ, 100 ਕਰੋੜ ਵਾਲਾ ਵੀ ਅਮੀਰ ਆ, 1000 ਕਰੋੜ ਵਾਲਾ ਵੀ ਅਮੀਰ ਆ, ਹੈ ਨਾ। ਅਮੀਰ ਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ, ਹੈ ਨਾ, ਨਾ ਕੋਈ ਗਰੀਬ ਦੀ ਡੈਫੀਨੇਸ਼ਨ, ਹੈ ਨਾ। ਆਪਾਂ ਇੱਕ ਦੂਜੇ ਨੂੰ ਉੱਤੇ ਤੋਂ ਉੱਤੇ ਦੇਖੀ ਜਾਂਦੇ, ਆਪਦੇ ਥੱਲੇ ਵਾਲੇ ਨੂੰ ਕੋਈ ਦੇਖ ਕੇ ਖੁਸ਼ ਨਹੀਂ ਹੈਗਾ, ਹੈ ਨਾ। ਮੈਨੂੰ ਇਹ ਲੱਗਦਾ ਕਿ ਜ਼ਿੰਦਗੀ 'ਚ ਜੋ ਮਰਜ਼ੀ ਹੋ ਜਾਵੇ, ਦਿਲਜੀਤ ਅਤੇ ਗਿੱਪੀ ਦੀ ਜਿਹੜੀ ਦੋਸਤੀ, ਜਿਹੜੀ ਕਲੋਜ਼ਨੈਸ, ਜਿਹੜੀ ਸਾਹਮਣੇ ਨਹੀਂ ਪਤਾ ਜੀ ਦਿਲ ਦੇ ਅੰਦਰ ਆ, ਜੀ ਉਹ ਸਦਾ ਬਾਹਰ ਰਹੇਗੀ। ਮੈਂ ਹੁਣ ਸੁਣਿਆ ਕਹਿੰਦੇ ਵੀ ਉਹ ਕਹਿੰਦੇ ਜੀ ਹੁਣ ਇੱਕਦਮ ਦਿਲਜੀਤ ਇੰਨਾ ਹਿੱਟ ਹੋ ਗਿਆ, ਇੱਕਦਮ ਥੋੜ੍ਹੀ ਹੋਇਆ, ਉਹ 25 ਸਾਲ ਹੋ ਗਏ ਉਹਨੂੰ, ਮੇਰੇ 2 ਸਾਲ ਛੋਟਾ ਮੇਰੇ ਤੋਂ ਦਿਲਜੀਤ, ਅਤੇ ਉਹ ਜਦੋਂ ਮੇਰਾ ਕਰੀਅਰ ਸ਼ੁਰੂ ਹੋਇਆ ਉਦੋਂ ਹੀ ਉਹਦਾ ਕਰੀਅਰ ਸ਼ੁਰੂ ਹੋਇਆ, ਅਸੀਂ ਇਕੱਠੇ ਆਂਜਿਆਂ ਨੇ ਸ਼ੁਰੂ ਕੀਤਾ, ਔਰ ਆਹ ਹੁਣ ਜਿਹੜੇ ਕਨੇਡਾ ਉਹਦੇ ਸ਼ੋਅ ਹੋਏ ਨੇ, ਇਸ ਤੋਂ ਪਹਿਲਾਂ ਵੀ ਜਿਹੜੇ ਹਾਲਾਂ ਦੇ ਵਿੱਚ ਉਹ ਸ਼ੋਅ ਸੋਲਡ ਕਰਕੇ ਆਇਆ ਵਾ, ਉਸ ਤੋਂ ਪਹਿਲਾਂ ਵੀ ਜਿਹੜੇ ਸੋਲਡ ਕਰਕੇ ਆਇਆ ਉਹ ਵੀ ਆਮ ਪੰਜਾਬੀ ਸਿੰਗਰਾਂ ਨੇ ਨਹੀਂ ਕੀਤੇ ਹੈਗੇ, ਬਹੁਤ ਲਿਮਿਟਡ ਆ, ਨਹੀਂ ਕਿਤੇ ਕਿਸੇ ਨੇ ਕੀਤੇ ਸੀਗੇ। ਔਰ ਆਪਾਂ ਐਵੇਂ ਝੂਠ ਮਾਰੀਏ ਇਸ ਚੀਜ਼ ਨੂੰ, ਅੱਜ ਪੰਜਾਬੀ ਕਮਿਊਨਿਟੀ ਨੂੰ ਵੀ ਪਤਾ, ਸਾਰੀ ਦੁਨੀਆ ਨੂੰ ਪਤਾ ਵਾ, ਉਹਨੇ ਬਹੁਤ ਵੱਡੇ ਲੈਵਲ ਦੇ ਉੱਤੇ ਪੱਗ ਨੂੰ ਰੀਪ੍ਰਜੈਂਟ ਕੀਤਾ ਵਾ, ਔਰ ਬਹੁਤ ਮਾਣ ਸਤਿਕਾਰ ਵਧਾਇਆ ਵਾ। ਹਾਂ, ਤੁਹਾਨੂੰ ਕੋਈ ਚੀਜ਼ ਪਰਸਨਲ ਉਹਦੀ ਨਹੀਂ ਕਿਸੇ ਨੂੰ ਕੋਈ ਚੰਗੀ ਲੱਗਦੀ ਹੈਗੀ, ਤਾਂ ਮੈਨੂੰ ਐਂ ਲੱਗਦਾ ਕਿ ਇੰਨਾ ਜ਼ਿਆਦਾ ਉਸ ਚੀਜ਼ ਨੂੰ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਹੈਗਾ। ਅਤੇ ਉਹ ਵੀ ਭਰਾ ਮੁੰਡਾ ਦੂਜਾ ਵੀ ਆਪਣਾ, ਅਤੇ ਮੇਰੀ ਉਹਨੂੰ ਵੀ ਰਿਕੁਐਸਟ ਆ ਕਿ ਯਾਰ ਇੱਦਾਂ ਨਹੀਂ, ਬਹੁਤ ਸੀਨੀਅਰ ਆਰਟਿਸਟ ਆ ਦਿਲਜੀਤ, ਔਰ ਅੱਜ ਪੰਜਾਬੀਅਤ ਲਈ ਬੜਾ ਕੁਛ ਕੀਤਾ, ਔਰ ਇਹ ਚੀਜ਼ ਬਿਲਕੁਲ ਚੰਗੀ ਨਹੀਂ ਲੱਗਦੀ ਹੈਗੀ, ਇੰਡਸਟਰੀ ਲਈ ਵੀ ਨਹੀਂ ਚੰਗੀ ਲੱਗਦੀ ਹੈਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਪੰਜਾਬੀ ਸਿਨੇਮਾ ਦੀ ਜੇਕਰ ਗੱਲ ਹੋਵੇ ਨਾ ਤਾਂ ਕੁਝ ਆਰਟਿਸਟ ਦਾ ਨਾਮ ਜ਼ਰੂਰ ਸਾਹਮਣੇ ਆਉਂਦਾ ਹੈ। ਆਈ ਥਿੰਕ ਬੈਂਚ ਮਾਰਕ ਸੈੱਟ ਕਰਨ 'ਤੇ ਹੋ ਜਾਵੇ, ਭਾਵੇਂ ਨਵੇਂ ਸਿਨੇਮਾ ਨੂੰ ਹਰ ਵਾਰੀ ਇੱਕ ਵਧੀਆ ਢੰਗ ਦੇ ਨਾਲ ਪੇਸ਼ ਕਰਨ ਨੂੰ ਲੈ ਕੇ ਹੋ ਜਾਵੇ, ਉਹਨਾਂ ਵਿੱਚੋਂ ਇੱਕ ਆਰਟਿਸਟ ਹਮੇਸ਼ਾ ਯੂਨੋ ਸਿਖਰਾਂ 'ਤੇ ਹੁੰਦੇ ਨੇ, ਨਾਮ ਹੈਗਾ ਗਿੱਪੀ ਗਰੇਵਾਲ। ਭਾਜੀ ਆ ਸਾਡੇ ਨਾਲ ਮੌਜੂਦ ਨੇ ਫਿਲਹਾਲ, ਇਹ ਮੁਲਾਕਾਤ ਮੈਨੂੰ ਬੜੀ ਚੰਗੀ ਲੱਗ ਰਹੀ ਹੈ ਕਿਉਂਕਿ ਮੈਨੂੰ ਜਦੋਂ ਫਿਲਮ ਰਿਲੀਜ਼ ਹੋਈ ਸੀਗੀ ਮੈਂ ਚਾਹੁੰਦਾ ਸੀਗਾ ਕਿ ਉਸ ਤੋਂ ਬਾਅਦ ਕਦੀ ਇੱਕ ਵਾਰ ਰਾਬਤਾ ਹੋਵੇ ਭਾਜੀ ਨਾਲ, ਤਾਂ ਕਿ ਦਿਲ ਦੀਆਂ ਕੁਛ ਗੱਲਾਂ ਜਿਹੜੀਆਂ ਮੇਰੀ ਪੈਂਡਿੰਗ ਰਹਿ ਗਈਆਂ ਸੀਗੀਆਂ ਉਹ ਹੋ ਪਾਉਣ। ਸੋ ਫਾਈਨਲੀ ਗਿੱਪੀ ਭਾਜੀ ਹੁਣ ਮੇਰੇ ਨਾਲ ਮੌਜੂਦ ਨੇ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਠੀਕ ਹੋ? ਬਹੁਤ ਵਧੀਆ। ਕਿਵੇਂ ਦੀ ਖੁਸ਼ੀ ਹੈ ਕਿਉਂਕਿ ਇੱਕ ਕਾਮਯਾਬ ਹੋ ਚੁੱਕੀ ਹੈ ਫਿਲਮ ਸ਼ਿੰਦਾ ਸ਼ਿੰਦਾ ਨਾਲ ਪਾਪਾ, ਇੱਕ ਤਾਂ ਪੋਤਰੀ ਫਿਲਮ ਆ, ਦੂਜੀ ਗੱਲ ਇਸ ਸਾਲ ਦੀ ਵੱਡੇ ਸਭ ਤੋਂ ਕਰੋੜਸ ਕਮਾਇਆ ਜਿਹਨੇ ਉਹ ਫਿਲਮ ਆ,
ਐਂਡ ਸਭ ਤੋਂ ਵੱਡੀ ਗੱਲ ਇਹ ਹੈ ਕਿ ਟ੍ਰੀਓ ਹਿੱਟ ਗਿਆ ਗਿੱਪੀ ਦੀ ਜ਼ਿੰਦਗੀ ਦਾ। ਬਿਲਕੁਲ, ਕਹਿੰਦੇ 2024 ਗਿੱਪੀ ਬਾਈ ਦੀ ਜ਼ਿੰਦਗੀ 'ਚ ਬੜਾ ਸੋਹਣਾ ਰਿਹਾ। ਬਸ ਇੱਦਾਂ ਹੀ ਹੋਵੇ ਜੀ, ਵਧੀਆ ਔਰ ਬਹੁਤ ਵਧੀਆ ਲੱਗਦਾ, ਕਿਉਂਕਿ ਇਹ ਸਬਜੈਕਟ ਲਈ ਮੇਰੇ ਮਨ 'ਚ ਬਹੁਤ ਕੁਛ ਸੀਗਾ। ਮੈਨੂੰ ਐਂ ਸੀ ਯਾਰ ਇਹ ਫਿਲਮ ਨੂੰ ਲੋਕ ਜ਼ਰੂਰ ਦੇਖਣ, ਕਿਉਂਕਿ ਜਦੋਂ ਵਾਰਨਿੰਗ ਆਉਣੀ ਸੀ ਸਾਨੂੰ ਲੱਗਦਾ ਸੀ ਕਿ ਉਹਨੂੰ ਤਾਂ ਲੋਕ ਦੇਖਣਗੇ ਹੀ, ਪਹਿਲੀ ਵਾਰਨਿੰਗ ਹਿੱਟ ਹੈ ਅਤੇ ਚਲੋ ਦੂਜੀ ਨੂੰ ਬੈਨੀਫਿਟ ਮਿਲਦਾ ਹੈ। ਟੱਚਵੁੱਡ ਫਿਲਮ ਅੱਛੀ ਸੀ, ਨਿਕਲ ਗਈ। ਫਿਰ ਜੱਟ ਨੂੰ ਚੁੜੇਲ ਟਿੱਕਰੀ ਵੇਲੇ ਉਹ ਜਦੋਂ ਉਹ ਆਈ ਸਾਨੂੰ ਸੀਗੇ ਯਾਰ ਇਹ ਬੜਾ ਅਜੀਬ ਸਬਜੈਕਟ ਹੈ, ਹੋਰਰ ਕਾਮੇਡੀ ਕੋਈ ਦੇਖੂ ਅਤੇ ਟੱਚਵੁੱਡ ਲੋਕਾਂ ਨੇ ਦੇਖੀ। ਸੋ ਇਹਦੇ 'ਚ ਤਾਂ ਮੇਰਾ ਮਨ ਵੀ ਬਹੁਤ ਸੀ, ਮੈਂ ਕਿਹਾ ਯਾਰ ਇਹ ਲੋਕ ਦੇਖਣ, ਕਿਉਂਕਿ ਜਿਵੇਂ ਹੁਣ ਮੈਂ ਦੇਖ ਰਿਹਾ ਬੜੇ ਟਾਈਮ ਬਾਅਦ, ਮੈਂ ਕੱਲ੍ਹ ਹੀ ਗੱਲ ਕਰ ਰਿਹਾ ਸੀਗਾ ਬੈਠਾ ਆਪਣੀ ਵਾਈਫ ਨਾਲ ਫੋਨ ਦੇ ਉੱਤੇ ਸੀਗੇ ਅਸੀਂ, ਮੈਂ ਕਿਹਾ ਮੈਨੂੰ ਬੜਾ ਚੰਗਾ ਲੱਗਦਾ ਅਰਦਾਸ ਫਿਲਮ ਤੋਂ ਬਾਅਦ ਪਹਿਲੀ ਵਾਰੀ ਮੈਂ ਕਿਹਾ ਦੇਖ ਰਿਹਾ ਲੋਕ ਲਿਖ ਦਿੰਦੇ ਨੇ ਬੜੀ ਵਧੀਆ ਫਿਲਮ ਹੈ, ਘੈਂਟ ਸੁਪਰ ਹਿੱਟ ਐਂ ਲਿਖ ਦਿੰਦੇ ਨੇ। ਮੈਂ ਕਿਹਾ ਇੱਥੇ ਨਾ ਲੋਕ ਐਡੇ ਐਡੇ ਨੋਟ ਲਿਖਦੇ ਨੇ ਕਈ, ਹੈ ਨਾ ਲੰਬਾ ਲਿਖ ਕੇ ਕਿ ਯਾਰ ਹੈ ਨਾ ਵੀ ਇਹ ਫਿਲਮ ਇੱਦਾਂ ਹੈ, ਥੈਂਕ ਯੂ ਸੋ ਮੱਚ, ਸਾਨੂੰ ਸਾਡੀ ਟੀਮ ਨੂੰ ਇੰਨੀ ਐਪਰੀਸੀਏਸ਼ਨ ਆ। ਮੈਂ ਕਿਹਾ ਉਹ ਨੋਟਸ ਜਦੋਂ ਲਿਖਣ ਲੱਗ ਜਾਂਦੇ ਨੇ ਲੋਕ ਤਾਂ ਇੰਨਾ ਮਤਲਬ ਕਿ ਉਹਨਾਂ ਨੂੰ ਟੱਚ ਕੀਤੀ ਆ ਉਹ ਦਿਲੋਂ ਕਮੈਂਟ ਆਇਆ, ਦਿਲੋਂ ਕਮੈਂਟ ਆਇਆ ਹੈ ਨਾ, ਇੰਨਾ ਲੰਬਾ ਬੰਦਾ ਐਫਰਟ ਕਰਦਾ ਸਾਨੂੰ ਮੈਸੇਜਾਂ ਦੇ ਵਿੱਚ ਭੇਜ ਭੇਜ, ਹੈ ਨਾ। ਸੋ ਉਹ ਮੈਨੂੰ ਚੀਜ਼ਾਂ ਬਹੁਤ ਚੰਗੀਆਂ ਲੱਗੀਆਂ ਔਰ ਇੱਕ ਚੰਗਾ ਸਬਜੈਕਟ ਸੀ, ਲੋਕਾਂ ਨੇ ਕਬੂਲਿਆ ਔਰ ਬਹੁਤ ਖੁਸ਼ੀ ਹੋਈ। ਪੁੱਤ ਨੂੰ ਵੇਖ ਕੇ ਖੁਸ਼ੀ ਹੋਈ ਕਿ ਪੁੱਤ ਦੀ ਪਹਿਲੀ ਵੱਡੇ ਲੈਵਲ ਦੀ ਫਿਲਮ ਆ। ਬਿਲਕੁਲ ਬਿਲਕੁਲ ਬਿਲਕੁਲ, ਉਹਨੂੰ ਇੰਨਾ ਪਿਆਰ ਮਿਲਿਆ, ਹੈ ਬਹੁਤ ਖੁਸ਼ੀ ਹੋਈ ਆ। ਮੈਂ ਤਾਂ ਤੁਸੀਂ ਬਿਲੀਵ ਕਰਿਓ, ਜਦੋਂ ਕੱਲ੍ਹ ਮੰਡੇ ਸੀਗਾ ਅਤੇ ਬਾਹਰ ਮੇਰੀ ਕੈਨੇਡਾ ਗੱਲ ਹੋਈ ਜਾਵੇ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਕੀ ਆ, ਕਿਉਂਕਿ ਮੰਡੇ ਨੂੰ ਹੁਣ ਪਿਛਲੇ ਡੇਆਂ ਤੋਂ ਆਪਾਂ ਦੇਖਦੇ ਹਾਂ ਫਰਾਈਡੇ ਸੈਟਰਡੇ ਸੰਡੇ ਤੋਂ ਤਾਂ ਫਿਲਮ ਥੱਲੇ ਆਉਂਦੀ ਆ, ਅਤੇ ਉਹ ਮੈਨੂੰ ਬਾਹਰ ਵਾਲੇ ਕਹਿੰਦੇ, ਉਹ ਕਹਿੰਦੇ ਭਾਅ ਜੀ ਸਾਨੂੰ ਤਾਂ ਐਂ ਲੱਗਦਾ ਸਾਡਾ ਸੰਡੇ ਨਹੀਂ ਮੁੱਕਿਆ ਹੈਗਾ, ਕਿਉਂ ਕਹਿੰਦਾ ਜਿਵੇਂ ਸਿਨਮੇ ਭਰੇ ਹੋਏ ਨੇ, ਕਹਿੰਦੇ ਇੱਕ ਵੀ ਸੀਟ ਨਹੀਂ ਬਚੀ ਹੋਈ। ਸੋ ਮੰਡੇ ਮੁੰਡੇ ਦੀਆਂ ਵੀ ਜਿਹੜੀਆਂ ਫਿਗਰਾਂ ਆਈਆਂ ਬਾਹਰੋਂ, ਉਹਨਾਂ ਨੇ ਸ਼ੌਕਿੰਗ ਕੀਤਾ ਨਾ ਬੜਾ। ਗਿੱਪੀ ਭਾਅ ਜੀ ਜਿਵੇਂ ਸਟਾਰਟਿੰਗ 'ਚ ਕਿਹਾ ਕਿ ਕਾਮਯਾਬ ਹੈ ਨਾ, ਸਕਸੈਸਫੁਲ ਮੰਨਦੇ ਹੋ ਆਪਣੇ ਆਪ ਨੂੰ? ਦੇਖੋ ਕਾਮਯਾਬ ਸਕਸੈਸਫੁਲ ਮੰਨਣਾ ਕਰਨਾ ਮਤਲਬ ਇਹ ਨਾ ਬੜੀਆਂ ਇਹ ਚੀਜ਼ਾਂ ਦਾ ਨਾ ਕੋਈ ਮਤਲਬ ਮਾਪਦੰਡ ਹੈ ਨਹੀਂ ਇਹ ਚੀਜ਼ਾਂ ਦਾ, ਕਿਉਂਕਿ ਸਕਸੈਸ ਦਾ ਕੋਈ ਮਾਪਦੰਡ ਥੋੜ੍ਹੀ ਹੈ, ਪਤਾ ਹੀ ਨਹੀਂ ਤੁਹਾਨੂੰ ਵੀ ਸਕਸੈਸ ਕੀ ਹੈ। ਹਰ ਬੰਦਾ ਚਾਹੁੰਦਾ ਕਿ ਮੈਂ ਹੋਰ ਕੁਛ ਕਰਾਂ ਹੋਰ ਕੁਛ ਕਰਾਂ, ਹੈ ਨਾ, ਕਿਸ ਚੀਜ਼ ਨੂੰ ਆਪਾਂ ਸਕਸੈਸ ਮੰਨਦੇ ਹਾਂ। ਹਾਂ ਮੈਨੂੰ ਐਂ ਲੱਗਦਾ ਕਿ ਮਾਪਦੰਡ ਸਿਰਫ ਇੰਨਾ ਕੁ ਹੈਗਾ, ਤੁਸੀਂ ਕਾਮਯਾਬ ਉਦੋਂ ਹੁੰਦੇ ਹੋ ਜਦੋਂ ਤੁਸੀਂ ਸੈਟਿਸਫਾਈਡ ਹੁੰਦੇ ਹੋ ਕਿਸੇ ਚੀਜ਼ 'ਚ, ਜਦੋਂ ਤੁਸੀਂ ਆਪਣੇ ਆਪ ਨੂੰ ਇਹ ਕਹਿਣ ਲੱਗ ਜਾਂਦੇ ਹੋ ਕਿ ਯਾਰ ਮੈਂ ਸੰਤੁਸ਼ਟ ਹਾਂ, ਹੈ ਨਾ, ਜਿਹੜੀ ਕਿ ਅੱਜ ਦੀ ਟਾਈਮ ਦੇ ਵਿੱਚ ਕੋਈ ਕਹਿੰਦਾ ਹੀ ਨਹੀਂ ਹੈ ਮੈਨੂੰ ਲੱਗਦਾ, ਕਿਉਂਕਿ ਕੋਈ ਸੰਤੁਸ਼ਟੀ ਨਹੀਂ ਹੈ, ਹੈ ਨਾ। ਅਤੇ ਮੈਨੂੰ ਫਿਰ ਵੀ ਇੱਦਾਂ ਲੱਗਦਾ ਕਿ ਯਾਰ ਚੰਗਾ ਕੰਮ ਕਰ ਰਹੇ ਹਾਂ ਅਤੇ ਇੱਜ਼ਤ ਮਾਣ ਮਿਲ ਰਿਹਾ, ਰਿਸਪੈਕਟ ਮਿਲ ਰਹੀ ਆ, ਰੋਟੀ ਵਧੀਆ ਖਾ ਰਹੇ ਹਾਂ ਅਤੇ ਫੈਮਿਲੀ ਆ ਸਾਰਿਆਂ ਨਾਲ, ਮਤਲਬ ਦੋਸਤ ਮਿੱਤਰਾਂ ਨਾਲ ਬਹੁਤ ਪਿਆਰ ਸਤਿਕਾਰ ਹੈ, ਹੈ ਨਾ, ਫੈਮਿਲੀ ਵਾਲੇ ਪਾਸਿਓਂ ਖੁਸ਼ ਹੈ, ਕੰਮ ਵਾਲੇ ਪਾਸਿਓਂ ਖੁਸ਼ ਹੈ, ਬਸ ਵਧੀਆ ਵਧੀਆ ਕਾਮਯਾਬ। ਪਤਾ ਕਿਵੇਂ ਕਿਹਾ? ਕਿਉਂਕਿ 100 ਕਰੋੜ ਦਾ ਬੈਂਚਮਾਰਕ ਤੁਹਾਡੇ ਇਸੇ ਆਇਆ ਜੀ ਜੀ, ਪੁੱਤ ਨੂੰ ਲਾਂਚ ਕੀਤਾ ਐਂਡ ਪੁੱਤ ਨੂੰ ਪੁੱਤ ਦੀ ਫਿਲਮ ਸਭ ਤੋਂ ਵੱਡੀ ਹਿੱਟ ਹੋ ਗਈ, ਬਿਲਕੁਲ ਉਹ ਪਲੱਸ ਪੁਆਇੰਟ ਹੋ ਗਿਆ, ਹੈ ਨਾ। ਤੀਸਰੀ ਗੱਲ ਇਹ ਹੈ ਕਿ ਤੁਹਾਡੇ ਕੰਮ ਦੀ ਇੰਨੀ ਕੁ ਪ੍ਰਸ਼ੰਸਾ, ਇੰਨੀ ਕੁ ਲੋਕ ਮਾਣ ਕਰਦੇ ਆ ਵੀ ਤੁਹਾਡੇ ਕੰਮ ਦੀ ਇੱਕ ਵੇਟ ਰਹਿੰਦੀ ਆ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਲੋਕ ਇਹ ਨਹੀਂ ਸੋਚਦੇ ਹੈਗੇ ਕਿ ਯਾਰ ਇਹ ਇਨਸਾਨ ਪੈਸੇ ਪੱਖੋਂ ਫਿਲਮ ਬਣਾ ਰਿਹਾ, ਕਿਉਂਕਿ ਕਈ ਲੋਕ ਇਸ ਨੂੰ ਬਿਜ਼ਨਸ ਦੇ ਤੌਰ ਤੇ ਬਣਾਉਂਦੇ ਆ, ਕਈ ਲੋਕ ਇਸ ਨੂੰ ਕਹਿੰਦੇ ਆ ਕਿ ਯਾਰ ਇਹ ਮੇਰਾ ਸ਼ੌਂਕ ਆ, ਮੇਰੇ ਦਿਲ ਦੀ ਖੁਆਇਸ਼ ਆ, ਮੈਂ ਉਸ ਤਰੀਕੇ ਨਾਲ ਬਣਾਉਂਦਾ। ਬਿਲਕੁਲ, ਐਂਡ ਤੁਹਾਡੇ ਨਾਲ ਨਾਲ ਪੂਰੇ ਪੰਜਾਬ ਦਾ ਸਿਨੇਮਾ ਦਾ ਨਾਮ ਜੁੜਿਆ, ਬਿਲਕੁਲ ਬਿਲਕੁਲ, ਕਿ ਵੀ ਜਿੱਥੇ ਗੱਲ ਹੁੰਦੀ ਹੈ ਸਿਨੇਮਾ ਦੀ ਗਿੱਪੀ ਗਰੇਵਾਲ ਨਾਮ ਸਭ ਤੋਂ ਉੱਤੇ ਆਉਂਦਾ ਆ। ਤਾਂ ਗਿੱਪੀ ਨੇ ਪੁਰਾਣੇ ਸਮੇਂ ਤੋਂ ਲੈ ਕੇ ਜਦੋਂ ਦਾ ਉਹਨੇ ਆਪਣਾ ਕਰੀਅਰ ਸਟਾਰਟ ਕੀਤਾ ਅਤੇ ਅੱਜ ਤੱਕ ਦੇਖੀਏ, ਤਾਂ ਗਿੱਪੀ ਵੀਰ ਨੇ ਆਪਣਾ ਲੈਵਲ ਇੱਕ ਡੇ ਬਾਏ ਡੇ ਅਪਗ੍ਰੇਡ ਹੀ ਕੀਤਾ। ਬਿਲਕੁਲ, ਤਾਂ ਮੈਂ ਇਸ ਚੀਜ਼ ਨੂੰ ਲੈ ਕੇ ਕਿਹਾ ਕਿ ਯਾਰ ਬਿਲਕੁਲ ਬਿਲਕੁਲ ਫੀਲ ਤਾਂ ਹੁੰਦਾ ਹੀ ਹੈ ਕਿ ਯਾਰ ਸ਼ੁਕਰ ਆ ਮਾਲਕ ਦਾ। ਖੁਦ ਕਹਿਣਾ ਵਾ
ਅਤੇ ਵੀ ਜੋ ਜਿੱਥੇ ਪਹੁੰਚੇ ਹਾਂ ਕਦੇ ਸੁਪਨਾ ਵੀ ਨਹੀਂ ਸੀ ਲਿਆ ਇਸ ਚੀਜ਼ ਦਾ, ਬਟ ਕੀ ਆ ਕਿ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਇਨਸਾਨ ਹੈਗਾ ਬਹੁਤ ਲਾਲਚੀ, ਜਦੋਂ ਕਿਸ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਨਾ ਤਾਂ ਉਹਦੀਆਂ ਖੁਆਇਸ਼ਾਂ ਨੇ ਜਿਹੜੀਆਂ ਉਹ ਅੱਗੇ ਦੀਆਂ ਹੋ ਜਾਂਦੀਆਂ ਨੇ, ਯਾਰ ਇਹ ਤਾਂ ਮੇਰਾ ਹੀ ਆ, ਹੁਣ ਮੈਂ ਆਹ ਕਰਾਂ, ਮੈਂ ਉਹ ਕਰਾਂ। ਮੈਂ ਇਹ ਕਹਿੰਦਾ ਕਿ ਆਦਮੀ ਜਿੰਨੀ ਦੇਰ ਸੰਤੁਸ਼ਟ ਨਹੀਂ ਹੁੰਦਾ ਬਸ ਉੰਨੀ ਦੇਰ ਕੋਈ ਕਾਮਯਾਬੀ ਨਹੀਂ, ਉੰਨੀ ਦੇਰ ਕੋਈ ਸਕਸੈਸ ਨਹੀਂ। ਜਦੋਂ ਖੁਸ਼ ਹੁੰਦਾ ਕਿ ਯਾਰ ਹਾਂ ਕਿ ਯਾਰ ਅੱਜ ਮੈਂ ਹੈਪੀ ਹਾਂ, ਕਿ ਯਾਰ ਅੱਜ ਆਹ ਚੀਜ਼ਾਂ ਤਾਂ ਸਮਝ ਲਓ, ਫਿਰ ਉਹਦੀਆਂ ਚੀਜ਼ਾਂ ਦਾ ਮੁੱਲ ਪਿਆ ਹੈ ਨਾ। ਸੋ ਮੈਂ ਤਾਂ ਲਾਈਫ 'ਚ ਖੁਸ਼ ਹਾਂ ਬਹੁਤ ਬਈ। ਕਈ ਵਾਰ ਨਾ ਅਸੀਂ ਨਾ ਦਿਲ ਦੇ ਅਲਫਾਜ਼ ਨਾ ਦੱਸ ਨਹੀਂ ਪਾਉਂਦੇ, ਅਸੀਂ ਜੋ ਫੀਲ ਕਰਦੇ ਹੁੰਦੇ ਹਾਂ ਰਾਤੀ ਸੁੱਤਿਆਂ ਨੂੰ ਖਿਆਲ ਆਉਂਦੇ ਆ ਜੀ, ਅਸੀਂ ਆਪਣੀ ਪੁਰਾਣੀ ਜਰਨੀ ਅੱਜ ਦੀ ਜਰਨੀ ਸੋਚਦੇ ਹਾਂ, ਕਿਉਂਕਿ ਦਿਮਾਗ ਆ ਆਪਣੇ ਆਪ ਚੀਜ਼ਾਂ ਦਿਮਾਗ 'ਚ ਆਉਂਦੀਆਂ ਨੇ। ਤੁਹਾਡੇ ਕਈ ਦਿਮਾਗ 'ਚ ਆਈਆਂ ਨੇ ਚੀਜ਼ਾਂ ਕਿ ਯਾਰ ਇਹ ਚੱਲੀ ਕੀ ਜਾਂਦਾ, ਸੁਪਨੇ ਹੀ ਹੋ ਰਿਹਾ ਕਿਤੇ, ਕਿਉਂਕਿ ਸ਼ਿੰਦਾ ਵਧੀਆ ਕੰਮ ਕਰ ਰਹੇ, ਲੋਕ ਉਹਨੂੰ ਇੰਨਾ ਜ਼ਿਆਦਾ ਪਿਆਰ ਕਰ ਰਹੇ ਆ, ਮੇਰਾ ਮਾਣ ਲੋਕ ਇੰਨਾ ਕਰਦੇ ਆ, ਇੱਜ਼ਤ ਲੋਕ ਮੈਨੂੰ ਵੱਧ ਬਖਸ਼ਦੇ ਆ ਜਦੋਂ ਜਿੱਥੇ ਵੀ ਜਾਂਦਾ ਵਾਂ, ਹੈ ਨਾ। ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਨਾ ਕਈ ਵਾਰ ਮੈਨੂੰ ਤਾਂ ਬਾਕੀਆਂ ਨਾਲੋਂ ਜ਼ਿਆਦਾ ਮੈਨੂੰ ਹੁੰਦਾ, ਕਿਉਂਕਿ ਮੈਂ ਕਈ ਵਾਰੀ ਕੀ ਆ ਕਿ ਨੋਰਮਲੀ ਮੈਂ ਦੇਖਦਾ ਜਿਹੜੇ ਆਲੇ ਦੁਆਲੇ ਮੇਰੇ ਕਲਾਕਾਰ ਨੇ ਜਾਂ ਉਹ ਆਪਣੀ ਡੇਲੀ ਲਾਈਫ ਹੀ ਇੱਦਾਂ ਜਿਉਂਦੇ ਨੇ ਵੀ ਕੰਮ ਕਰ ਲਿਆ ਅੱਜ ਐਂ ਆ, ਅੱਜ ਛੁੱਟੀ ਆ ਗਈ, ਪਰਸੋਂ ਨੂੰ ਫਿਰ ਕੰਮ ਆ, ਚੌਥੇ ਨੂੰ ਛੁੱਟੀ ਆ ਗਈ। ਮੇਰਾ ਕਈ ਵਾਰੀ ਐਂ ਹੁੰਦਾ ਵੀ ਮੇਰੀਆਂ ਕਈ ਕੰਟੀਨਿਊਸਲੀ ਡੇਢ ਡੇਢ ਦੋ ਦੋ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ, ਜਦੋਂ ਇੰਨੀ ਲੰਬੀ ਛੁੱਟੀ ਹੁੰਦੀ ਆ ਤਾਂ ਮੈਂ ਉਹਦੇ 'ਚ ਬਿਲਕੁਲ ਵੀ ਐਂ ਕਰਨਾ ਚਾਹੁੰਦਾ ਹੁੰਦਾ ਵੀ ਮੈਂ ਘਰ ਵਿਹਲਾ ਬੈਠਾ ਵਾਂ, ਕੋਈ ਕੰਮ ਨਹੀਂ, ਨਾ ਕੋਈ ਟੈਲੀਫੋਨ ਆਉਣਾ, ਨਾ ਕੁਛ ਆਉਣਾ, ਸਾਰਿਆਂ ਨੂੰ ਪਤਾ ਕਿ ਬਾਈ ਛੁੱਟੀ 'ਤੇ ਆ, ਘਰ ਬੈਠੇ ਹਾਂ ਅਤੇ ਨੋਰਮਲ ਘਰ ਵਾਕ ਕਰਨ ਚਲੇ ਗਏ, ਇੱਧਰ ਚਲੇ ਗਏ, ਉੱਧਰ ਚਲੇ ਗਏ, ਉਦੋਂ ਸਾਰੀਆਂ ਆਹੀ ਗੱਲਾਂ ਚੱਲਦੀਆਂ ਨੇ, ਹੈ ਨਾ। ਉਦੋਂ ਤੁਹਾਨੂੰ ਬਿਲਕੁਲ ਇਹ ਤੁਹਾਡੇ ਦਿਮਾਗ 'ਚੋਂ ਹੀ ਨਿਕਲ ਜਾਂਦਾ ਹੁੰਦਾ ਕਿ ਤੁਸੀਂ ਕੌਣ ਹੋ, ਕੀ ਕੰਮ ਕਰਨਾ, ਕੀ ਨਹੀਂ ਕਰਨਾ, ਬਿਲਕੁਲ ਰਿਲੈਕਸ ਵਾਲਾ ਕੰਮ। ਉਦੋਂ ਮੇਰੇ ਦਿਮਾਗ 'ਚ ਬਹੁਤ ਆਉਂਦਾ ਕਿ ਯਾਰ ਮੈਂ ਆਪਣੀ ਵਾਈਫ ਨਾਲ ਬਹੁਤ ਡਿਸਕਸ ਕਰਦਾ ਹੁੰਦਾ, ਮੈਂ ਯਾਰ ਆਪਾਂ ਦੇਖ ਟੱਚ ਵੁੱਡ ਕਦੇ ਸੋਚਿਆ ਨਹੀਂ ਸੀ, ਹੈ ਨਾ, ਕਿ ਆਪਾਂ ਇਸ ਪੁਜੀਸ਼ਨ ਦੇ ਉੱਤੇ ਅੱਜ ਹੈਗੇ ਹਾਂ, ਕਿ ਵਾਹਿਗੁਰੂ ਨੇ ਸਾਡੇ 'ਤੇ ਇੰਨੀ ਮਿਹਰ ਕੀਤੀ ਹੈ, ਇੰਨੀ ਕਿਰਪਾ ਕੀਤੀ ਹੈ। ਇੱਕ ਚੀਜ਼ ਦਾ ਡਰ ਲੱਗਿਆ ਰਹਿੰਦਾ ਕਿ ਯਾਰ ਵੀ ਕੁਛ ਕੋਈ ਚੀਜ਼ ਰੋਂਗ ਨਾ ਕਰ ਦਈਏ, ਹੈ ਨਾ, ਕੋਈ ਚੀਜ਼ ਇਹੋ ਜਿਹੀ ਚੀਜ਼ ਨਾ ਬਣਾ ਦਈਏ, ਕੋਈ ਗਲਤ ਚੀਜ਼ ਨਾ ਹੋ ਜਾਵੇ, ਕੋਈ ਲੋਕ ਜਿਹੜੇ ਤੁਹਾਡੇ ਤੋਂ ਇੰਨੀ ਐਕਸਪੈਕਟੇਸ਼ਨ ਕਰਦੇ ਆ ਉਹਨਾਂ ਦੇ ਲਈ ਕੋਈ ਇਹੋ ਜਿਹਾ ਕੁਛ ਨਾ ਲੈ ਕੇ ਚਲੇ ਜਾਈਏ ਕਿ ਯਾਰ ਉਹ ਕਹਿਣ ਕੇ ਤੁਹਾਨੂੰ ਇਹਦੀ ਕੀ ਲੋੜ ਸੀ, ਹੈ ਨਾ। ਸੋ ਉਹ ਹੀ ਹੁੰਦਾ, ਬਾਕੀ ਤਾਂ ਲੱਗੇ ਰਹਿੰਦੇ ਆ ਜੀ। ਕਿਉਂਕਿ ਵੀਰ ਇੱਕ ਨਾ ਨੇਚਰ 'ਚ ਨਾ ਸਾਡੀ ਚੀਜ਼ ਹੁੰਦੀ ਆ, ਜਦੋਂ ਅਸੀਂ ਥੋੜ੍ਹਾ ਜਿਹਾ ਜਿਹਨੂੰ ਭਾਵੇਂ ਅਸੀਂ ਪੁਰਾਣੇ ਸਮ ਪਰ ਨੇਚਰ 'ਚ ਨਾ ਜ਼ਰੂਰ ਕਦੇ ਨਾ ਕਦੇ ਇਹ ਚੀਜ਼ ਹੁੰਦੀ ਆ, ਜਦੋਂ ਵੀ ਸਾਨੂੰ ਲੱਗਦਾ ਕਿ ਅਸੀਂ ਜਿਵੇਂ ਈਗੋ ਆ ਜਾਵੇ ਬੰਦੇ ਬੰਦੇ ਥੋੜ੍ਹੀ ਜਿਹੀ ਆਕੜ ਆ ਜਾਵੇ, ਇਹ ਬਾਈ ਨੇਚਰ ਹੁੰਦੀ ਆ, ਇਹਨੂੰ ਤੁਸੀਂ ਰੋਕ ਵੀ ਨਹੀਂ ਸਕਦੇ ਤਾਂ ਤੁਸੀਂ ਇਹਨੂੰ ਛੱਡ ਵੀ ਨਹੀਂ ਸਕਦੇ ਪ੍ਰੋਪਰ। ਇੱਕ ਟਾਈਮ ਇੱਦਾਂ ਦਾ ਹੁੰਦਾ ਆ ਵੀ ਚਲੋ ਜਿਵੇਂ ਅੱਜ ਦਾ ਟਾਈਮ ਮੈਂ ਕਹਿ ਰਿਹਾ ਹਰ ਇੱਕ ਬੰਦਾ ਸਪਿਰਿਚੁਅਲ ਹੋਇਆ ਹੋਇਆ, ਬਿਲਕੁਲ ਸਪਿਰਿਚੁਅਲ ਪੁਰਾਣੇ ਟਾਈਮ ਤੋਂ ਵੀ ਸੀਗਾ, ਅੱਜ ਕਈਆਂ ਨੇ ਦਿਖਾਉਣਾ ਸ਼ੁਰੂ ਕੀਤਾ ਆ ਆਪਣਾ। ਗੁਰੂ ਨਾਨਕ ਦੇਵ ਜੀ ਦੇ ਕਈ ਵਾਰ ਲੋਕ ਪੋਸਟਾਂ ਸ਼ੇਅਰ ਕਰ ਦਿੰਦੇ ਆ, ਸਪੈਸ਼ਲੀ ਸੈਲੀਬ੍ਰਿਟੀਜ਼, ਤਾਂ ਕਿ ਉਹ ਇੱਕ ਚੰਗਾ ਮੈਸੇਜ ਦੇ ਸਕਦੇ ਆ ਵੀ ਹਾਂ ਲੋਕ ਵੀ ਹੋਣ, ਲੋਕ ਰੱਬ ਤੇ ਬਿਲੀਵ ਰੱਖਣ। ਇਹ ਮੇਰੇ ਖਿਆਲ ਤੋਂ ਕੁਛ ਟਾਈਮ ਬਾਅਦ ਚੀਜ਼ਾਂ ਆਉਂਦੀਆਂ ਨੇ। ਲਾਸਟ ਟਾਈਮ ਤੁਹਾਡੇ ਅੱਗੇ ਕਦੋਂ ਇਹ ਚੀਜ਼ ਆਈ ਸੀਗੀ, ਕੋਈ ਈਗੋ ਸ਼ੀਗੋ ਕੁਛ ਤੰਕਾਰ ਵਾਲੀ ਚੀਜ਼ ਤੁਹਾਡੀ ਜ਼ਿੰਦਗੀ 'ਚ ਕਦੀ ਆਈ ਆ, ਜ਼ਿੰਦਗੀ 'ਚ ਜਿੰਨੇ ਟਾਈਮ ਤੁਸੀਂ ਇੰਡਸਟਰੀ 'ਚ ਰਹੇ ਹੋ? ਨਹੀਂ ਬੇਬੀ, ਮੈਂ ਜਦੋਂ ਮੈਨੂੰ ਆਪਣੇ ਮੈਨੂੰ ਨਹੀਂ ਲੱਗਦਾ, ਕਿਉਂਕਿ ਕੀ ਆ ਵੀ ਮੈਨੂੰ ਲੱਗਦਾ ਜਦੋਂ ਤੁਹਾਡੇ 'ਚ ਈਗੋ ਆਉਂਦੀ ਹੈ ਜਾਂ ਤੁਹਾਡੇ 'ਚ ਕੋਈ ਇੱਦਾਂ ਦੀ ਚੀਜ਼ ਆਉਂਦੀ ਹੈ ਨਾ, ਤੁਹਾਨੂੰ ਆਪ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਬੰਦੇ ਨੂੰ ਥੋੜ੍ਹੀ ਪਤਾ ਹੁੰਦਾ ਵੀ ਮੈਂ ਇਸ ਲੈਵਲ 'ਤੇ ਈਗੋ ਲੈ ਕੇ ਘੁੰਮ ਰਿਹਾ। ਜੇ ਮੈਂ ਕਿਸੇ ਨੂੰ ਜਾਂ ਕਿਸੇ ਨੂੰ ਮੈਂ ਹਰਟ ਵੀ ਕੀਤਾ ਹੋਊਗਾ ਜਾਂ ਕੁਛ ਕੀਤਾ ਹੋਊਗਾ ਤਾਂ ਮੈਨੂੰ ਤਾਂ ਉਹ ਚੀਜ਼ ਐਂ ਲੱਗੀ ਹੋਊਗੀ ਵੀ ਨੋਰਮਲ ਗੱਲ ਹੈ, ਹੈ ਨਾ, ਉਹ ਅਗਲਾ ਹਰਟ ਹੋਇਆ ਹੋਊਗਾ, ਹੈ ਨਾ, ਅਤੇ ਸ਼ਾਇਦ ਮੈਂ ਉਹਦੀ ਫੀਲਿੰਗ ਹੀ ਨਹੀਂ ਸਮਝੀ ਹੋਊਗੀ। ਸੋ ਇਹ ਚੀਜ਼ ਮੈਨੂੰ ਲੱਗਦਾ ਜਿਹੜਾ ਕਰਦਾ ਉਹਨੂੰ ਨਹੀਂ ਸਮਝ ਲੱਗਦੀ ਹੈਗੀ ਜਾਂ ਉਹਨੂੰ ਇੰਨੀ ਕੀ ਮੱਤ ਹੁੰਦੀ ਆ ਜਾਂ ਇੰਨੀ ਕੀ ਅਸੀਂ ਆਪਣੀ ਲਾਈਫ 'ਚ ਬਹੁਤ ਗਲਤੀਆਂ ਕੀਤੀਆਂ ਹੋਣਗੀਆਂ, ਮੈਂ ਕਿਹੜਾ ਜਾਣ ਬੁੱਝ ਕੇ ਕੀਤੀਆਂ ਹੋਣੀਆਂ, ਹੈ ਨਾ, ਮੈਨੂੰ ਉੰਨੀ ਕੀ ਮੱਤ ਹੋਣੀਆਂ, ਉੰਨੀ ਕੀ ਸਮਝ ਹੋਣੀ ਆ, ਉਹਦੇ ਕਰਕੇ ਉਹ ਚੀਜ਼ਾਂ ਕੀਤੀਆਂ ਗਈਆਂ ਹੋਣੀਆਂ। ਬਟ ਮੈਂ ਫਿਰ ਵੀ ਇਹ ਕਹਿੰਦਾ ਕਿ ਜਿਹੜੀ ਤੁਸੀਂ ਕਹਿੰਦੇ ਹੋ ਕਿ ਲੋਕ ਇੱਦਾਂ ਹੋ ਰਹੇ ਨੇ ਵੀ ਅੱਜ ਕੱਲ੍ਹ ਪੋਸਟਾਂ ਜ਼ਿਆਦਾ, ਹਾਂ, ਜਦੋਂ ਪੋਸਟਾਂ ਪਾਉਂਦੇ ਆ ਇਹ ਕਰਦੇ ਆ, ਉਹ ਵਧੀਆ ਚੀਜ਼ ਹੈ, ਉਹ ਵਧੀਆ ਚੀਜ਼ ਆ। ਮੈਨੂੰ ਇੱਦਾਂ ਲੱਗਦਾ ਕਿ ਜਦੋਂ ਹੁਣ ਆਪਾਂ
ਚੀਜ਼ਾਂ ਜਿਹੜਾ ਅੱਜ ਦਾ ਯੂਥ ਆ ਜਾਂ ਚੀਜ਼ਾਂ ਉਹ ਉਵੇਂ ਚੀਜ਼ਾਂ ਨੂੰ ਫੋਲੋ ਕਰਦਾ ਵਾ। ਜਿਵੇਂ ਆਪਾਂ ਕਹਿੰਦੇ ਹਾਂ ਜੇ ਅਸੀਂ ਕੋਈ ਕੋਈ ਬੈਡ ਗਾਣਾ ਆਉਂਦਾ ਜਾਂ ਕੋਈ ਬੈਡ ਕੋਈ ਉੱਦਾਂ ਦੀ ਚੀਜ਼ ਆਪਾਂ ਪ੍ਰਜੈਂਟ ਕਰਦੇ ਹਾਂ ਕੋਈ ਚੀਜ਼, ਉਹਨੂੰ ਦੇਖ ਕੇ ਕੋਈ ਵਿਗੜ ਸਕਦਾ ਤਾਂ ਚੰਗੀ ਚੀਜ਼ ਨਾਲ ਬੰਦਾ ਸੁਧਰ ਕਿਉਂ ਨਹੀਂ ਸਕਦਾ, ਸੁਧਰ ਵੀ ਤਾਂ ਸਕਦਾ ਹੀ ਆ। ਸੋ ਆਪਾਂ ਨੂੰ ਚੰਗੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ ਨੇ ਤਾਂ ਡੈਫੀਨੇਟਲੀ ਉਹ ਪਾਉਂਦੇ ਹਾਂ ਤਾਂ ਉਹ ਵਧੀਆ ਚੀਜ਼ਾਂ ਨੇ ਮਿਲਦਾ। ਨਾਲੇ ਇੱਕ ਵਾਰ ਨਾ ਕਈ ਜਿਹੜੀ ਆਮ ਜਨਤਾ ਆ ਉਹ ਇਹ ਵੀ ਦੇਖਦੀ ਹੁੰਦੀ ਆ ਕਿ ਕਈ ਲੋਕ ਨਾ ਪੈਸੇ ਦੀ ਭੱਜ ਦੌੜ ਪਿੱਛੇ ਨਾ ਦੌੜਦੇ ਆ ਵੀ ਸਾਡੇ ਕੋਲ ਸਾਰਾ ਕੁਛ ਆ ਜਾਵੇ ਹਾਸਿਲ ਕਰ ਲਈਏ, ਤਾਂ ਜਿਹੜੇ ਮੇਰੇ ਵਰਗੇ ਆ ਮੇਰੇ ਵਰਗੇ ਇਹ ਦੇਖ ਕੇ ਸਬਰ ਕਰਦੇ ਆ ਵੀ ਜਿਹਨੂੰ ਤੂੰ ਦੇਖ ਰਿਹਾ ਜਿਵੇਂ ਹੁਣ ਤੁਸੀਂ ਸਾਹਮਣੇ ਬੈਠੇ ਹੋ ਜਿਵੇਂ ਲੋਕ ਹੈ ਨਾ ਓਬਜ਼ਰਵ ਕਰਦੇ ਹੁੰਦੇ ਆ ਵੀ ਇਹਨਾਂ ਕੋਲ ਕੀ ਕੁਛ ਨਹੀਂ ਹੈਗਾ, ਸਾਰਾ ਕੁਛ ਆ, ਪਰ ਫਿਰ ਵੀ ਸਭ ਤੋਂ ਪਹਿਲਾਂ ਇਹਨਾਂ ਦੀ ਸੋਚ ਇਹ ਹੈ ਕਿ ਜੋ ਮੇਰੇ ਕੋਲ ਹੈਗਾ ਇਹ ਅਸਲ 'ਚ ਕੁਛ ਨਹੀਂ, ਬਿਲਕੁਲ ਜੋ ਹੈਗਾ ਉਹ ਆ। ਬਿਲਕੁਲ 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 ਐਕਚੁਅਲੀ ਕੀ ਆ, ਮੈਨੂੰ ਲੱਗਦਾ ਭੱਜ ਦੌੜ ਆ ਜਿਹੜੀ ਲਾਈਫ ਦੇ ਵਿੱਚ ਇਹ ਭਾਜੀ ਜ਼ਿੰਦਗੀ 'ਚ ਕਦੇ ਖਤਮ ਨਹੀਂ ਹੋਣੀ ਹੈਗੀ, ਨਾ ਇਹਦਾ ਕੋਈ ਆਪਾਂ ਜਿਵੇਂ ਪਹਿਲਾਂ ਵੀ ਮੈਂ ਕਿਹਾ ਵੀ ਕੋਈ ਮਾਪਦੰਡ ਹੈ ਨਹੀਂ ਇਹਦਾ, ਹੈ ਨਾ, ਕਰੋੜ ਰੁਪਏ ਵਾਲਾ ਵੀ ਅਮੀਰ ਆ, 100 ਕਰੋੜ ਵਾਲਾ ਵੀ ਅਮੀਰ ਆ, 1000 ਕਰੋੜ ਵਾਲਾ ਵੀ ਅਮੀਰ ਆ, ਹੈ ਨਾ, ਅਮੀਰ ਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ, ਹੈ ਨਾ, ਨਾ ਕੋਈ ਗਰੀਬ ਦੀ ਡੈਫੀਨੇਸ਼ਨ, ਹੈ ਨਾ, ਆਪਾਂ ਇੱਕ ਦੂਜੇ ਨੂੰ ਉੱਤੇ ਤੋਂ ਉੱਤੇ ਦੇਖੀ ਜਾਂਦੇ ਹਾਂ, ਆਪਦੇ ਥੱਲੇ ਵਾਲੇ ਨੂੰ ਕੋਈ ਦੇਖ ਕੇ ਖੁਸ਼ ਨਹੀਂ ਹੈਗਾ, ਹੈ ਨਾ। ਸੋ ਜਿਹੜਾ ਲੋਕਾਂ ਦਾ ਸਰਕਲ ਆ ਉਹ ਇਸ ਤਰੀਕੇ ਨਾਲ ਚੱਲ ਪਿਆ ਔਰ ਸਾਰੇ ਹੀ ਉਸ ਦੌੜ ਦੇ ਵਿੱਚ ਲੱਗਿਆ। ਸੋ ਮੈਨੂੰ ਐਂ ਲੱਗਦਾ ਕਿ ਬਸ ਵਿੱਚ ਵਿੱਚ ਇਹ ਨਹੀਂ ਹੈ ਕਿ ਲੱਗੇ ਨਾ ਰਹੋ, ਅਸੀਂ ਵੀ ਲੱਗੇ ਹੋਏ ਹਾਂ, ਸਾਰੇ ਲੱਗੇ ਹੋਏ ਆ, ਤੁਸੀਂ ਕਰੋ ਕੰਮ, ਪੈਸਾ ਬਹੁਤ ਜ਼ਰੂਰੀ ਆ ਲਾਈਫ ਦੇ ਲਈ, ਬਟ ਇਹ ਆ ਕਿ ਹੈਪੀਨੈਸ ਜ਼ਰੂਰ ਲੱਭੋ। ਜਿਹੜਾ ਹਾਸਾ ਵਾ ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਖਤਮ ਹੁੰਦਾ ਜਾ ਰਿਹਾ ਵਾ, ਇਹ ਕਿਹੜਾ ਮੁੱਲ ਵਿਕਦਾ ਵਾ, ਆਪਣਾ ਵਾ, ਠੀਕ ਹੈ। ਅਤੇ ਖੁਸ਼ੀਆਂ ਅਕਸਰ ਕੀ ਹੁੰਦੀਆਂ ਨੇ, ਤੁਸੀਂ ਮੇਰੀ ਰੋਜ਼ ਫਿਲਮ ਆਉਂਦੀ ਆ, ਮੈਨੂੰ ਜ਼ਿਆਦਾ ਖੁਸ਼ੀ ਸ਼ਿੰਦੇ ਦੀ ਫਿਲਮ ਦੀ ਆ, ਠੀਕ ਹੈ। ਹੁਣ ਮੇਰੀ ਕੋਈ ਨਵੀਂ ਫਿਲਮ ਵਾਲਾ ਤਾਂ ਹੈ ਨਹੀਂ ਗਾ ਵੀ ਯਾਰ ਮੇਰੀ ਪਹਿਲੀ ਵਾਰੀ ਫਿਲਮ ਆਉਣੀ ਆ, ਹਾਂ ਮੈਨੂੰ ਇਸ ਚੀਜ਼ ਦੀ ਹੈਪੀਨੈਸ ਸੀਗੀ ਯਾਰ ਛਿੰਦੇ ਨੂੰ ਲੋਕਾਂ ਨੇ ਦੇਖਿਆ, ਪਿਆਰ ਦਿੱਤਾ, ਕਹਿੰਦਾ ਯਾਰ ਬੜਾ ਅੱਛਾ ਕੰਮ ਕੀਤਾ, ਇਹ ਖੁਸ਼ੀ ਆ, ਠੀਕ ਹੈ। ਇਹ ਮੂਵਮੈਂਟ ਆ, ਇਹਨੂੰ ਹਰ ਪੇਰੈਂਟ, ਇਹ ਜਿੰਨੀ ਮੈਨੂੰ ਇਸ ਪਾਸੇ ਖੁਸ਼ੀ ਹੈ, ਜਿਵੇਂ ਹੁਣ ਕਈ ਵਾਰੀ ਸਕੂਲ ਜਾਂਦਾ ਇਹ ਲਿਆ ਕੇ ਮੈਨੂੰ ਦਿਖਾਉਂਦਾ ਵੀ ਮੇਰੇ 10 'ਚੋਂ 10 ਆ ਗਏ, ਮੈਨੂੰ ਉਹਦੀ ਖੁਸ਼ੀ ਹੈ, ਹੈ ਨਾ, ਠੀਕ ਹੈ। ਇਹ ਹੈਪੀਨੈਸ ਨੇ ਛੋਟੀਆਂ ਛੋਟੀਆਂ, ਹੈ ਨਾ, ਆਪਣੇ ਬੱਚੇ ਦੇ ਉਹਦੇ 'ਚੋਂ ਲੱਭਣਾ, ਨਿੱਕੀਆਂ ਚੀਜ਼ਾਂ ਕਰਨਾ। ਕਈ ਪੇਰੈਂਟਸ ਸਾਨੂੰ ਛੋਟੀਆਂ ਛੋਟੀਆਂ ਵੀਡੀਓ ਭੇਜਦੇ ਆ ਬੱਚਿਆਂ ਦੀਆਂ, ਉਹ ਕਈ ਵਾਰੀ ਛਿੰਦੇ ਉਹਨਾਂ ਦੇ ਵੀਡੀਓ ਦੇ ਉੱਤੇ ਐਕਟ ਕਰਦੇ ਆ ਜਾਂ ਕੁਛ ਕਰਦੇ ਆ, ਅਤੇ ਸਾਨੂੰ ਮੈਨੂੰ ਉਹ ਇੰਨਾ ਵਧੀਆ ਲੱਗਦਾ ਕਿਉਂਕਿ ਉਹਨਾਂ ਦੇ ਪੇਰੈਂਟਸ ਬੜੇ ਖੁਸ਼ ਹੁੰਦੇ ਨੇ ਕਿ ਦੇਖੋ ਸਾਡੇ ਬੱਚੇ ਨੇ ਵੀ ਉੱਦਾਂ ਕੀਤਾ, ਹੈ ਨਾ, ਉਹਨਾਂ ਦੀ ਹੈਪੀਨੈਸ ਆ, ਹੈ ਨਾ, ਇਹ ਪ੍ਰਾਈਸਲੈਸ ਚੀਜ਼ਾਂ ਨੇ, ਹੈ ਨਾ, ਇਹਨਾਂ ਨੂੰ ਆਪਾਂ ਕਾਊਂਟ ਨਹੀਂ ਕਰਦੇ। ਸੋ ਮੈਨੂੰ ਐਂ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਜ਼ਿੰਦਗੀ 'ਚ ਇਹ ਖਤਮ ਨਹੀਂ ਹੋਣੀਆਂ ਚਾਹੀਦੀਆਂ। ਕਈ ਵਾਰੀ ਕਿ ਆਪਾਂ ਜ਼ਿੰਦਗੀ 'ਚ ਇੰਨੇ ਬਿਜ਼ੀ ਹੋ ਜਾਂਦੇ, ਆਪਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਸਾਡੀ ਜ਼ਿੰਦਗੀ 'ਚ ਇੰਪੋਰਟੈਂਟ ਕੀ ਆ। ਜਿਹੜੇ ਬੰਦੇ ਨੂੰ ਆਪਾਂ ਡੇ ਨਾਈਟ ਇਹ ਕਹਿੰਦੇ ਹਾਂ ਮੈਂ ਤੁਹਾਡੇ ਲਈ ਕਰ ਰਿਹਾ, ਉਹ ਬੰਦੇ ਨੂੰ ਇਹ ਫੀਲ ਹੋ ਰਿਹਾ ਹੁੰਦਾ ਕਿ ਯਾਰ ਮੇਰੇ ਲਈ ਕੁਛ ਕਰ ਹੀ ਨਹੀਂ ਰਿਹਾ, ਮੇਰੇ ਡੈਡ ਮੈਨੂੰ ਟਾਈਮ ਨਹੀਂ ਦੇ ਰਹੇ, ਮੇਰੀ ਮਾਂ ਮੈਨੂੰ ਟਾਈਮ ਨਹੀਂ ਦੇ ਰਹੀ, ਕਿ ਮੈਨੂੰ ਇਹ ਚੀਜ਼ਾਂ ਦੇ ਨਾਲੋਂ ਮੈਨੂੰ ਥੋੜ੍ਹਾ ਟਾਈਮ ਵੀ ਚਾਹੀਦਾ, ਠੀਕ ਆ। ਫਿਰ ਮੁੜ ਕੇ ਕਈ ਵਾਰੀ ਪੁੱਤ ਨਹੀਂ ਟਾਈਮ ਦਿੰਦਾ, ਸੋ ਮੈਨੂੰ ਇਹ ਲੱਗਦਾ ਕਿ ਉਹ ਟਾਈਮ ਹੋਣਾ ਬਹੁਤ ਜ਼ਰੂਰੀ ਹੈ। ਐਨਗੀਪੀ ਬਾਈ, ਯਾਰੀ ਦੀ ਮੈਂ ਗੱਲ ਕਰਨਾ ਚਾਹੂੰਗਾ, ਗਿੱਪੀ, ਬਿੰਨੂ ਭਾਅ ਜੀ, ਕਰਮਜੀਤ ਭਾਅ ਜੀ, ਇਹ ਯਾਰੀ, ਗੁਰਪ੍ਰੀਤ ਘੁੱਗੀ ਭਾਅ ਜੀ, ਇਹ ਯਾਰੀ ਬੜੇ ਪੁਰਾਣੇ ਟਾਈਮ ਤੋਂ ਲੈ ਕੇ ਹੁਣ ਤੱਕ ਹੈਗੇ, ਨਾਲੇ ਸਦਾ ਬਹਾਰੀ ਵਾਲੀ ਯਾਰੀ ਆ, ਇਹ ਅੱਜ ਕੱਲ੍ਹ ਦੀ ਯਾਰੀ ਨਹੀਂ ਹੈਗੀ, ਬਿਲਕੁਲ ਇਹ ਅਸੀਂ ਮੰਨ ਮੰਨ ਚੁੱਕੇ ਹਾਂ, ਇਹ ਸਾਨੂੰ ਦਿਖਦਾ ਆ, ਬਿਲਕੁਲ, ਜਿਵੇਂ ਤੁਸੀਂ ਹੁਣੇ ਸਪੋਰਟ ਵੀ ਕਰਕੇ ਕਰਮਜੀਤ ਭਾਅ ਜੀ ਨੂੰ, ਇਹ ਯਾਰੀ ਨੂੰ ਤੁਸੀਂ ਗੁਰਪ੍ਰੀਤ ਵੀਰ, ਗਿੱਪੀ ਵੀਰੇ ਕਿਵੇਂ ਦੇਖਦੇ ਹੋ ਕਿ ਯਾਰ ਜਦੋਂ ਪਹਿਲਾਂ ਐਕਟਿੰਗ ਵੱਲ ਹੁੰਦਾ ਆ, ਹੁਣ ਜਦੋਂ ਹੌਲੀ 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 ਪੋਲੀਟੀਸ਼ੀਅਨ ਬਣ ਜਾਂਦਾ ਤੁਸੀਂ, ਕਿਉਂਕਿ ਤੁਸੀਂ ਸਾਰਾ ਆਪਣੀ ਅੱਖੋਂ ਦੇਖੀ ਦੇਖਿਆ ਹੈ ਨਾ ਮੰਜ਼ਰ, ਤੁਸੀਂ ਸਿਨੇਮਾ ਜਦੋਂ ਪੁਰਾਣੇ ਟਾਈਮ 'ਚ ਕੰਮ ਕਰਦੇ ਸੀਗੇ, ਲੱਕੀ ਦੀ ਅਨਲੱਕੀ ਸਟੋਰੀ ਟਾਈਮ ਹੈ ਨਾ ਫਿਲਮਾਂ ਕਰਦੇ ਸੀਗੇ, ਜਾਂ ਹੋਰ ਭਾਅ ਜੀ ਪ੍ਰੋਬਲਮ ਵਰਗੀਆਂ ਫਿਲਮਾਂ ਕਰਦੇ ਸੀਗੇ, ਕਿਉਂਕਿ ਇਹ ਬੌਂਡ ਹਮੇਸ਼ਾ ਤੁਹਾਡੀ ਫਿਲਮਾਂ 'ਚ ਬੜਾ ਜ਼ਿਆਦਾ ਦੇਖਣ ਨੂੰ ਮਿਲਿਆ। ਐਕਚੁਅਲੀ ਕੀ ਆ ਕਿ ਦੇਖੋ, ਫਰੈਂਡਸ਼ਿਪ ਹੋਣੀ ਲਾਈਫ ਦੇ ਵਿੱਚ ਬੜੀ ਇੰਪੋਰਟੈਂਟ ਚੀਜ਼ ਆ, ਔਰ ਕਿਉਂਕਿ ਦੋਸਤ ਮਿੱਤਰ ਤੁਹਾਡੇ ਜਿਹੜੇ ਰੀਅਲ ਦੋਸਤ ਮਿੱਤਰ ਨੇ, ਉਹ ਤੁਹਾਨੂੰ ਬੜਾ ਕੁਝ ਦੱਸਦੇ ਆ, ਸੱਚ ਤੁਹਾਨੂੰ ਬੜੀਆਂ ਚੀਜ਼ਾਂ ਰਾਈਟ ਦੱਸਦੇ ਆ, ਤੁਹਾਨੂੰ ਗਾਈਡ ਕਰਦੇ ਆ, ਤੁਹਾਡੇ ਚੰਗਾ ਮਾੜਾ ਦੁੱਖ ਦੇ ਸੁੱਖ ਦੇ ਤੁਹਾਡੇ ਨਾਲ ਖੜ੍ਹਦੇ ਆ। ਤੁਹਾਡੀ ਲਾਈਫ 'ਚ ਇੱਦਾਂ ਦੇ ਬੰਦੇ ਹੋਣੇ ਚਾਹੀਦੇ ਆ ਜਿਹੜੇ ਕਹਿਣ ਵੀ ਅਸੀਂ ਹੈਗੇ ਹਾਂ ਯਾਰ, ਫਿਕਰ ਨਾ ਕਰ, ਹੈ ਨਾ।
ਸੋ ਘੁੱਗੀ ਭਾਅ ਜੀ ਹੋਣੀ ਚਾਹੇ ਕਰਮਜੀਤ ਬਾਈ ਆ, ਬਿੰਨੂ ਬਾਈ ਆ, ਹੈ ਨਾ, ਭਾਨੇ ਹੋਣੀ ਬੈਠੇ ਆ ਸਾਰੇ ਜਣੇ, ਸੋ ਇਹ ਮੇਰੇ ਲਈ ਬਹੁਤ ਇੰਪੋਰਟੈਂਟ ਬੰਦੇ ਨੇ, ਹੈ ਨਾ, ਸੋ ਆਲਵੇਜ਼ ਮੈਨੂੰ ਹਰ ਚੀਜ਼ ਦੇ ਉੱਤੇ ਇਹਨਾਂ ਨੇ ਸਪੋਰਟ ਕਰਨੀ ਆ ਹਰ ਚੀਜ਼ ਦੇ ਉੱਤੇ। ਅੱਜ ਮੇਰਾ ਵੀ ਮੈਨੂੰ ਵੀ ਸੇਮ ਹੁੰਦਾ ਵਾ ਵੀ ਜੇ ਇਹਨਾਂ ਨੂੰ ਕਿਤੇ ਮੇਰੀ ਜ਼ਿੰਦਗੀ 'ਚ ਲੋੜ ਆ ਤਾਂ ਮੈਂ ਵੀ ਡਟ ਕੇ ਸਪੋਰਟ ਕਰ ਸਕਾਂ, ਹੈ ਨਾ। ਸੋ ਮੈਨੂੰ ਲੱਗਦਾ ਕਿ ਇਹ ਲਾਈਫ ਦੇ ਤੁਹਾਡੇ ਕਈ ਇੰਪੋਰਟੈਂਟ ਪਿੱਲਰ ਨੇ, ਜਿਵੇਂ ਤੁਹਾਡੀ ਫੈਮਿਲੀ ਇੱਕ ਤੁਹਾਡਾ ਸਟਰੋਂਗ ਪਿੱਲਰ ਆ ਜੀ, ਉਵੇਂ ਹੀ ਤੁਹਾਡੇ ਦੋਸਤ ਤੁਹਾਡੇ ਸਟਰੋਂਗ ਪਿੱਲਰ ਨੇ, ਕੰਮ ਧੰਦਾ ਵੀ ਤੁਹਾਡਾ ਸਟਰੋਂਗ ਪਿੱਲਰ ਆ, ਹੈ ਨਾ, ਅਤੇ ਵਾਹਿਗੁਰੂ 'ਚ ਬਿਲੀਵ ਕਰਨਾ ਤੁਹਾਡਾ ਇੱਕ ਸਟਰੋਂਗ ਪਿੱਲਰ ਆ। ਇਹ ਚੀਜ਼ਾਂ ਤੁਹਾਨੂੰ ਸਾਰੇ ਪਾਸਿਓਂ ਸਪੋਰਟ ਕਰਦੀਆਂ ਨੇ। ਜਦੋਂ ਤੁਸੀਂ ਕੁਛ ਲਾਈਫ 'ਚ ਗਲਤ ਕਰਨ ਲੱਗਦੇ ਹੋ ਤਾਂ ਇਹਨਾਂ ਨੇ ਆ ਕੇ ਤੁਹਾਨੂੰ ਰੋਕਣਾ ਕਿ ਨਹੀਂ ਯਾਰ ਐਂ ਨਹੀਂ, ਐਂ ਕਰਨਾ, ਇਹ ਹੱਕ ਰੱਖਦੇ ਹੈ ਕਿ ਤੁਹਾਨੂੰ ਰੋਕਣ ਦਾ। ਬਿਲਕੁਲ ਇਹ ਸਹੀ ਆ, ਇਹ ਗਲਤ ਹੈ, 100%। ਕਰਮਜੀਤ ਬਾਈ ਨੇ ਕੋਈ ਜ਼ਿੰਦਗੀ 'ਚ ਕੋਈ ਥੋੜ੍ਹਾ ਜ਼ਰੂਰ ਚਾਹੁੰਗਾ ਕੋਈ ਇਮੋਸ਼ਨਲੀ ਕੋਈ ਕਿੱਸਾ ਹੈਗਾ? ਕਰਮਜੀਤ ਬਾਈ ਨਾ ਬਹੁਤ ਹੀ ਸਮਝਦਾਰ ਅਤੇ ਸਿਆਣਾ ਬੰਦਾ ਯਾਰ, ਬਹੁਤ ਅਸੀਂ ਤਾਂ ਹੱਸਦੇ ਹੁੰਦੇ ਕਿ ਅਸੀਂ ਕਿਹਾ ਹੁਣ ਟਿਕਟ ਲੈ ਲਈ ਆ ਅਤੇ ਉੱਧਰ ਫਰੀਦਕੋਟ ਤੋਂ ਖੜਿਆ ਉਹ, ਅਤੇ ਮੈਂ ਕਿਹਾ ਵੀ ਤੈਨੂੰ ਕੰਮ ਚਾਰੇ ਪਾਸੇ ਵਾਲਿਆਂ ਨੇ ਕਹੀ ਜਾਇਆ ਕਰਨੇ ਆ, ਹੈ ਨਾ, ਆਹ ਕਰ ਉਹ ਕਰ ਆਹ ਕਰ ਉਹ ਕਰ, ਹੈ ਨਾ। ਪਹਿਲਾਂ ਵੀ ਸਾਡੇ ਜਿੰਨੀ ਦੇਰ ਜਦੋਂ ਦਾ ਫਿਲਮ ਇੰਡਸਟਰੀ 'ਚ ਆ ਕੋਈ ਚੀਜ਼ ਹੋਣੀ, ਕੋਈ ਕਰਮਜੀਤ ਨੂੰ ਕਹਿ ਦਿਓ, ਕਰਮਜੀਤ ਨੂੰ ਕਹਿ ਦਿਓ, ਕਰਮਜੀਤ ਦੀ ਡਿਊਟੀ ਲਾ ਦਿਓ। ਫਿਲਮਾਂ 'ਚ ਵੀ ਵਿਚਾਰੇ ਤੋਂ ਕਈ ਵਾਰੀ ਕੰਮ ਇੱਦਾਂ ਕਰਾਇਆ ਵੀ ਯਾਰ ਆਹ ਛੋਟਾ ਜਿਹਾ ਰੋਲ ਆ, ਇਹ ਕੋਈ ਨਹੀਂ ਕਰੂਗਾ, ਚੱਲ ਕਰਮਜੀਤ ਤੋਂ ਧੱਕੇ ਨਾ ਕਰਾ ਲਓ, ਕਰਮਜੀਤ ਨੂੰ ਕਹਿ ਲੈਂਦੇ ਹਾਂ, ਕਰਮਜੀਤ ਨੂੰ ਉਹ ਕਰ ਲੈਂਦੇ ਹਾਂ, ਹੈ ਨਾ। ਸੋ ਉਹ ਇੱਕ ਵਧੀਆ ਬੰਦਾ ਹੈ, ਵਧੀਆ ਇਨਸਾਨ ਹੈ। ਮੈਂ ਹਮੇਸ਼ਾ ਕਹਿਣਾ ਕਿ ਯਾਰ ਪਾਰਟੀ ਉਹਦੇ ਇਹ ਚੀਜ਼ਾਂ ਸਭ ਤੋਂ ਪਹਿਲਾਂ ਬੰਦਾ ਕਹਿ ਰਿਹਾ ਉਹ ਦੇਖਣਾ ਚਾਹੀਦਾ, ਤੁਸੀਂ ਕਿਸ ਬੰਦੇ ਦੀ ਸਪੋਰਟ 'ਚ ਚੱਲੇ ਹੋ, ਕੀ ਉਹ ਬੰਦਾ ਡਿਜ਼ਰਵ ਕਰਦਾ ਕੀ ਉਹ ਨਹੀਂ ਡਿਜ਼ਰਵ ਕਰਦਾ, ਨਾ ਇਜ਼ ਅ ਗੁੱਡ ਹਿਊਮਨ ਬੀਂਗ। ਅਤੇ ਅੱਜ ਤੱਕ ਉਹਨੇ ਕੋਈ ਚੀਜ਼ ਇੱਦਾਂ ਦੀ ਨਹੀਂ ਕੀਤੀ ਕਿ ਕਿਸੇ ਨੂੰ ਕਿਸੇ ਦਾ ਦਿਲ ਦਿਖਾਇਆ ਹੋਵੇ, ਠੀਕ ਹੈ। ਕੱਲ੍ਹ ਨੂੰ ਕਰੇ ਤਾਂ ਮੈਨੂੰ ਉਸ ਚੀਜ਼ ਦਾ ਪਤਾ ਨਹੀਂ ਹੈ, ਪਰ ਉਹ ਇੱਦਾਂ ਦਾ ਇਨਸਾਨ ਹੈ ਨਹੀਂ ਹੈ। ਔਰ ਤੋਂ ਤੁਸੀਂ ਇਹ ਚੀਜ਼ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਕਿਸੇ ਨਾਲ ਧੋਖਾ ਫਰੋਡ ਕੋਈ ਇੱਦਾਂ ਦੀ ਚੀਜ਼ ਕਰੂਗਾ, ਹੈ ਨਾ, ਉਹ ਇਸ ਤਰ੍ਹਾਂ ਦਾ ਬੰਦਾ ਨਹੀਂ। ਐਨ ਡੀ ਪੀ ਵੀਰੇ, ਜਦੋਂ ਸ਼ਿੰਦਾ ਸ਼ਿੰਦਾ ਫਿਲਮ ਆਈ ਸੀਗੀ ਨਾ, ਤਾਂ ਮੈਨੂੰ ਨਾ ਕੁਛ ਚੀਜ਼ਾਂ ਨਾ ਬੜੀਆਂ ਪਿਆਰੀਆਂ ਲੱਗੀਆਂ, ਕਿਉਂਕਿ ਨਾ ਲੋਕ ਕਈ ਵਾਰ ਮੈਨੂੰ ਲੱਗਦਾ ਕਿ ਇਹ ਨੂੰ ਸਮਝਦਾ ਕਿ ਨਹੀਂ ਸਮਝਦਾ, ਬਟ ਮੈਂ ਜ਼ਰੂਰ ਸਮਝਦਾ ਕਿਉਂਕਿ ਤੁਹਾਨੂੰ ਬਹੁਤ ਵਾਰ ਮਿਲ ਚੁੱਕਿਆ ਤਾਂ ਮੈਂ ਓਬਜ਼ਰਵ ਵੀ ਤੁਹਾਨੂੰ ਬੜਾ ਪੋਜ਼ੀਟਿਵਲੀ ਕਰ ਚੁੱਕਿਆ। ਮੈਨੂੰ ਲੱਗਦਾ ਕਿ ਹਾਂ ਐਕਚੁਅਲ 'ਚ ਗਿੱਪੀ ਵੀਰਾ ਹੈਗਾ ਦਿਲ ਤੋਂ ਇਹ, ਜਿਵੇਂ ਜਿਵੇਂ ਪੋਸਟਾਂ ਸ਼ੇਅਰ ਹੋਈਆਂ ਨਾ, ਦੈਨ ਜਦੋਂ ਦਿਲਜੀਤ ਵੀਰੇ ਨੇ ਸ਼ੇਅਰ ਕੀਤੀ ਕਿ ਗੁੱਡ ਲਾਈਕ ਮਾਈ ਚਾਮ, ਹੈ ਨਾ, ਵੀ ਸ਼ੇਅਰ ਸ਼ਿੰਦਾ, ਐਂਡ ਉਸ ਤੋਂ ਬਾਅਦ ਤੁਹਾਨੂੰ ਵੀ ਮੁਬਾਰਕਾਂ ਦਿੱਤੀਆਂ, ਮੈਨੂੰ ਇਹ ਲੱਗਦਾ ਕਿ ਜ਼ਿੰਦਗੀ 'ਚ ਜੋ ਮਰਜ਼ੀ ਹੋ ਜਾਵੇ, ਜਿੰਨਾ ਮਰਜ਼ੀ ਕੋਈ ਉੱਪਰ ਨੀਚੇ ਸੁੱਖ ਦੁੱਖ ਜੋ ਮਰਜ਼ੀ ਹੋ ਜਾਵੇ, ਮੈਨੂੰ ਲੱਗਦਾ ਕਿ ਦਿਲਜੀਤ ਅਤੇ ਗਿੱਪੀ ਦੀ ਜਿਹੜੀ ਦੋਸਤੀ, ਜਿਹੜੀ ਕਲੋਜ਼ਨੈਸ, ਜਿਹੜੀ ਸਾਹਮਣੇ ਨਹੀਂ ਪਤਾ ਜੀ ਦਿਲ ਦੇ ਅੰਦਰ ਆ ਜੀ, ਉਹ ਸਦਾ ਬਾਹਰ ਰਹੇਗੀ। ਦੇਖੋ ਮੈਂ ਹਮੇਸ਼ਾ ਗੱਲ ਇਹ ਕਹਿਣਾ ਵਾ ਵੀ ਤੁਹਾਡੇ ਮਨ 'ਚ ਨਾ ਕਦੇ ਕੋਈ ਕਿਸੇ ਦੇ ਬਾਰੇ ਨਾ ਉਹ ਨਹੀਂ ਆਉਣੀ ਚਾਹੀਦੀ ਨੈਗੇਟਿਵਿਟੀ। ਸੋ ਮੈਂ ਇਸ ਚੀਜ਼ ਨੂੰ ਹਮੇਸ਼ਾ ਬਿਲੀਵ ਕਰਦਾ, ਹੁਣ ਅੱਜ ਛਿੰਦੇ ਦੀ ਫਿਲਮ ਜਿੰਨਾ ਡਿਜ਼ਰਵ ਕਰਦੀ ਆ ਇਹ ਨਹੀਂ ਉੱਨਾ ਹੀ ਚੱਲਣਾ ਹੈ, ਜੇ ਲੋਕ ਦੇਖ ਕੇ ਆ ਰਹੇ ਨੇ, ਜੇ ਲੋਕਾਂ ਨੂੰ ਵਧੀਆ ਨਹੀਂ ਲੱਗੀ, ਹੁਣ ਅੱਜ ਲੋਕ ਦੇਖ ਰਹੇ ਨੇ ਸਾਰੇ ਕਿਤੇ ਸੋਲਡ ਆਊਟ ਆ, ਲੋਕ ਐਪਰੀਸੀਏਸ਼ਨਾਂ ਕਰ ਰਹੇ ਨੇ, ਫਿਲਮ ਹੈ ਆ ਫਿਲਮ ਆ, ਹੁਣ ਚਾਹੇ ਇਹਦੇ 'ਚ ਮੈਂ ਲੱਖ ਪੋਸਟਾਂ ਪਾ ਦਿੰਦਾ, ਦਿਲਜੀਤ ਸਪੋਰਟ ਕਰਦਾ, ਜੇ ਫਿਲਮ ਨਹੀਂ ਸੀ ਵਧੀਆ ਹੋਣੀ ਤਾਂ ਲੋਕਾਂ ਨੇ ਗਾਲਾਂ ਹੀ ਕੱਢੀਆਂ ਸੀ, ਠੀਕ ਹੈ। ਹੁਣ ਦਿਲਜੀਤ ਨੇ ਜਦੋਂ ਪਾਈ ਪੋਸਟ ਤਾਂ ਉਹਦੇ ਨਾਲ ਨਾ ਇੱਕ ਤੁਹਾਡਾ ਵੱਡਾਪਨ ਦਿਖਦਾ ਹੈ, ਹੈ ਨਾ, ਬੱਚਾ ਖੁਸ਼ ਹੁੰਦਾ ਹੈ, ਠੀਕ ਹੈ, ਮੈਂ ਤਾਂ ਚਲੋ ਖੁਸ਼ ਹੋਣਾ ਹੀ ਹਾਂ, ਹੈ ਨਾ, ਹੈ ਨਾ, ਅਤੇ ਸਾਡਾ ਭਰਾ ਹੈ ਉਹ। ਸੋ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਲੋਕਾਂ ਨੂੰ ਨਾ ਲੋਕਾਂ ਨੂੰ ਦੂਸਰੇ ਦੀਆਂ ਖੁਸ਼ੀਆਂ 'ਚ ਵੀ ਆਪਣੀਆਂ ਖੁਸ਼ੀਆਂ ਲੱਭਣੀਆਂ ਚਾਹੀਦੀਆਂ ਜਿਹੜੀਆਂ ਆਪਾਂ ਲੱਭ ਨਹੀਂ ਰਹੇ ਹੈਗੇ।
ਸੋ ਈਵਨ ਦਲਜੀਤ ਦੇ ਵੀ ਰੋਜ਼ ਕੋਈ ਨਾ ਕੋਈ ਉਹਦੀ ਪੋਸਟ ਜੀ ਪਾਉਂਦੇ ਨੇ ਪੁੱਠੀ ਸਿੱਧੀ ਬਾਈ। ਉਹੀ ਮੈਂ ਹੁਣੇ ਤੁਹਾਨੂੰ ਨਾ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਨਾ ਦਿਲ ਤੁਸੀਂ ਦਿਲ ਰੱਖ ਦਿੰਦੇ ਹੋ, ਮੈਨੂੰ ਲੱਗਦਾ ਕਿ ਤੁਸੀਂ ਨਾ ਬੜਾ ਦਿਲ ਤੋਂ ਬੋਲਦੇ ਹੋ। ਜੀ ਜੀ। ਤਾਂ ਕੋਈ ਵੀ ਸਿਨੇਮਾ ਦੇ ਅਗੇਂਸਟ, ਕੋਈ ਵੀ ਕਿਸੇ ਇਨਸਾਨ ਦੇ ਅਗੇਂਸਟ, ਸਪੈਸ਼ਲੀ ਕੋਈ ਆਰਟਿਸਟ ਹੋਵੇ, ਜੀ ਜੀ ਜੀ, ਜਦੋਂ ਤੱਕ ਕਿਸੇ ਇਨਸਾਨ ਨੂੰ ਉਹਦੀ ਜਰਨੀ ਨਹੀਂ ਪਤਾ ਹੁੰਦਾ ਤਾਂ ਲੋਕ ਕਈ ਆ ਕੇ ਮੂਹਰੇ ਬੋਲ ਦਿੰਦੇ ਨੇ ਕਿ ਸਹੀ ਗਲਤ ਦੇ ਬਾਰੇ, ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਨਸਾਨ ਦੇ ਪਿੱਛੇ ਜਿਹੜੀ ਜਰਨੀ, ਜਿਹੜੀ ਜ਼ਿੰਦਗੀ ਆ ਜੋ ਜੀ ਰਿਹਾ, ਉਹਦੇ ਪਿੱਛੇ ਕਿੱਡਾ ਵੱਡਾ ਸਟਰਗਲ ਆ ਉਹਦਾ। ਨਹੀਂ ਨਾਲੇ ਕਹਿੰਦੇ, ਮੈਂ ਹੁਣ ਸੁਣਿਆ ਕਹਿੰਦੇ ਵੀ ਉਹ ਕਹਿੰਦੇ ਜੀ ਹੁਣ ਇੱਕਦਮ ਦਲਜੀਤ ਇੰਨਾ ਹਿੱਟ ਹੋ ਗਿਆ। ਇੱਕਦਮ ਥੋੜ੍ਹੀ ਹੋਇਆ, ਉਹ 25 ਸਾਲ ਹੋ ਗਏ ਉਹਨੂੰ, ਮੇਰੇ 2 ਸਾਲ ਛੋਟਾ ਮੇਰੇ ਤੋਂ ਦਲਜੀਤ। ਅਤੇ ਉਹ ਜਦੋਂ ਮੇਰਾ ਕਰੀਅਰ ਸ਼ੁਰੂ ਹੋਇਆ ਉਦੋਂ ਹੀ ਉਹਦਾ ਕਰੀਅਰ ਸ਼ੁਰੂ ਹੋਇਆ, ਅਸੀਂ ਇਕੱਠੇ ਆ ਜਾਂ ਨਹੀਂ ਸ਼ੁਰੂ ਕੀਤਾ। ਔਰ ਆਹ ਹੁਣ ਜਿਹੜੇ ਕਨੇਡਾ ਉਹਦੇ ਸ਼ੋਅ ਨੇ, ਇਸ ਤੋਂ ਪਹਿਲਾਂ ਵੀ ਜਿਹੜੇ ਹਾਲਾਂ ਦੇ ਵਿੱਚ ਉਹ ਸ਼ੋਅ ਸੋਲਡ ਕਰਕੇ ਆਇਆ ਵਾ, ਉਸ ਤੋਂ ਪਹਿਲਾਂ ਵੀ ਜਿਹੜੇ ਸੋਲਡ ਕਰਕੇ ਆਇਆ ਉਹ ਵੀ ਆਮ ਪੰਜਾਬੀ ਸਿੰਗਰਾਂ ਨੇ ਨਹੀਂ ਕੀਤੇ ਹੈਗੇ, ਬਹੁਤ ਲਿਮਿਟਡ ਨੇ, ਕਿਤੇ ਕਿਸੇ ਨੇ ਕੀਤੇ ਸੀਗੇ, ਉਹ ਵੀ ਬਹੁਤ ਵੱਡੇ ਸ਼ੋਅ ਸੀਗੇ, ਅਤੇ ਉਹ ਉਸ ਗ੍ਰਾਫ ਦੇ ਉੱਤੇ ਚੱਲ ਰਿਹਾ ਸੀ, ਅਤੇ ਐਤਕੀ ਉਹਨੇ ਉਸ ਤੋਂ ਵੀ ਵੱਡੇ ਕੀਤੇ ਨੇ। ਸੋ ਮੈਨੂੰ ਐਂ ਲੱਗਦਾ ਕਿ, ਔਰ ਆਪਾਂ ਐਵੇਂ ਝੂਠ ਮਾਰੀਏ ਇਸ ਚੀਜ਼ ਨੂੰ, ਅੱਜ ਪੰਜਾਬੀ ਕਮਿਊਨਿਟੀ ਨੂੰ ਵੀ ਪਤਾ, ਸਾਰੀ ਦੁਨੀਆ ਨੂੰ ਪਤਾ ਵਾ, ਉਹਨੇ ਬਹੁਤ ਵੱਡੇ ਲੈਵਲ ਦੇ ਉੱਤੇ ਪੱਗ ਨੂੰ ਰੀਪ੍ਰਜੈਂਟ ਕੀਤਾ ਵਾ, ਔਰ ਬਹੁਤ ਮਾਣ ਸਤਿਕਾਰ ਵਧਾਇਆ ਵਾ। ਹਾਂ, ਤੁਹਾਨੂੰ ਕੋਈ ਚੀਜ਼ ਪਰਸਨਲ ਉਹਦੀ ਨਹੀਂ, ਕਿਸੇ ਨੂੰ ਕੋਈ ਚੰਗੀ ਲੱਗਦੀ ਹੈਗੀ, ਤਾਂ ਮੈਨੂੰ ਐਂ ਲੱਗਦਾ ਕਿ ਇੰਨਾ ਜ਼ਿਆਦਾ ਉਸ ਚੀਜ਼ ਨੂੰ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਹੈਗਾ। ਅਤੇ ਉਹ ਵੀ ਭਰਾ ਮੁੰਡਾ ਦੂਜਾ ਵੀ ਆਪਣਾ, ਅਤੇ ਮੇਰੀ ਉਹਨੂੰ ਵੀ ਰਿਕੁਐਸਟ ਆ ਕਿ ਯਾਰ ਇੱਦਾਂ ਨਹੀਂ, ਬਹੁਤ ਸੀਨੀਅਰ ਆਰਟਿਸਟ ਆ ਦਲਜੀਤ, ਔਰ ਅੱਜ ਪੰਜਾਬੀਅਤ ਲਈ ਬੜਾ ਕੁਛ ਕੀਤਾ, ਔਰ ਇਹ ਚੀਜ਼ ਬਿਲਕੁਲ ਚੰਗੀ ਨਹੀਂ ਲੱਗਦੀ ਹੈਗੀ, ਇੰਡਸਟਰੀ ਲਈ ਵੀ ਨਹੀਂ ਚੰਗੀ ਲੱਗਦੀ ਹੈਗੀ, ਹੈ ਨਾ। ਸੋ ਮੈਂ ਤਾਂ ਸਾਰਿਆਂ ਨੂੰ ਹਮੇਸ਼ਾ ਕਹਿਣਾ, ਉਹਨਾਂ ਪਹਿਲਾਂ ਵੀ ਮੈਂ ਕਹਿਣਾ ਕਿ ਯਾਰ ਇੱਦਾਂ ਨਾ ਰਿਹਾ ਕਰੋ। ਔਰ ਸਾਨੂੰ ਤਾਂ ਆਪ ਨੂੰ ਬੜਾ ਵਧੀਆ ਲੱਗਦਾ ਯਾਰ, ਜਦੋਂ ਦੇਖਦੇ ਹਾਂ ਦਲਜੀਤ ਦੀ ਕਲਿੱਪ ਜੀ, ਮੈਂ ਉਦੋਂ ਦੇਖੀ ਇੱਕ ਦਿਨ, ਅਤੇ ਉਹ ਸਟੇਜ 'ਤੇ ਖੜ੍ਹਾ ਸੀਗਾ, ਅਤੇ ਯਾਰ ਇੰਨਾ ਰਸ਼, ਇੰਨੇ ਲੋਕ, ਤੁਹਾਨੂੰ ਪ੍ਰਾਊਡ ਫੀਲ ਹੁੰਦਾ ਕਿ ਯਾਰ ਦੇਖੋ ਕਰਤਾ ਬੰਦੇ ਨੇ, ਹੈ ਨਾ, ਇਹ ਚੀਜ਼ ਕੀਤੀ ਹੈ, ਹੈ ਨਾ। ਅੱਜ ਕੋਈ ਵੀ ਬੰਦਾ ਕਿਸੇ ਲੈਵਲ 'ਤੇ ਪਹੁੰਚਦਾ ਵਾ, ਅਤੇ ਮਤਲਬ ਕਿਸੇ ਵੀ ਫੀਲਡ 'ਚ ਹੋਵੇ, ਭੱਜਣ ਵਾਲੇ ਹੋਰ ਬਥੇਰੇ ਹੋਣਗੇ, ਸਾਡੇ ਲਈ ਤਾਂ ਮਿਲਖਾ ਸਿੰਘ ਜੀ ਸੀ, ਹੈ ਨਾ, ਆਪਾਂ ਨੂੰ ਆਪਦਾ ਬੰਦਾ ਫੀਲ ਕਰਦਾ, ਹੈ ਨਾ, ਆਪਾਂ ਪੰਜਾਬੀ ਬੰਦੇ ਹਾਂ। ਸੋ ਸਾਡਾ ਮਨ ਕਰਦਾ ਕਿ ਯਾਰ ਵੀ ਇੱਧਰੋਂ ਇਹ ਗਿਆ ਵਾ, ਤਾਂ ਇਹ ਬੰਦਾ ਆਪਾਂ ਉਹਨੂੰ ਐਪਰੀਸ਼ੀਏਟ ਕਰੀਏ ਯਾਰ। ਇੱਕ ਚੀਜ਼ ਮੈਂ ਦਿਲ ਤੋਂ ਬੋਲਾਂ, ਮੇਰੇ ਨਾਂ ਨਾਲ ਕਿੰਨੇ ਲੋਕ ਚਾਹੁੰਦੇ ਹੋਣਗੇ ਕਿ ਗਿੱਪੀ ਦੇ ਦਲਜੀਤ ਦੁਬਾਰਾ ਇਕੱਠੇ ਹੋਣ। ਨਹੀਂ, ਇੱਦਾਂ ਦਾ ਤਾਂ ਮੈਂ ਪਹਿਲਾਂ ਵੀ ਕਿਹਾ ਵੀ ਇੱਦਾਂ ਦੀ ਸਾਡੀ ਕੋਈ ਥੋੜ੍ਹੀ ਚੀਜ਼ ਆ ਵੀ ਅਸੀਂ ਕਰਨੀ ਨਹੀਂ ਗੀ ਫਿਲਮ ਕੋਈ, ਐਕਚੁਅਲੀ ਸਾਨੂੰ ਤਾਂ ਟੱਚ, ਮੈਨੂੰ ਲੱਗਦਾ ਕਿ ਯਾਰ ਜਦੋਂ ਦੀ ਉਹ ਫਿਲਮ ਆਈ ਆ ਨਾ ਜਿਹਨੇ ਮੇਰਾ ਦਿਲ ਲੁੱਟਿਆ, ਉਦੋਂ ਬਾਅਦ ਸਾਨੂੰ ਕਿਸੇ ਨੇ ਫਿਲਮ ਅਪਰੋਚ ਹੀ ਨਹੀਂ ਕੀਤੀ। ਨੀਰੂ ਮੈਮ ਨੇ ਪੁੱਛਿਆ ਸੀਗਾ, ਮੈਂ ਕਿਹਾ ਮੈਮ ਪੰਜਾਬੀ ਬੌਂਡਸ ਕਿ ਟ੍ਰੀਓ ਵਾਪਸ ਆ ਰਹੇ, ਦਲਜੀਤ, ਗਿੱਪੀ ਜਾਂ ਨੀਰੂ ਮੈਮ, ਅਤੇ ਉਸ ਟਾਈਮ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਉਹਨਾਂ ਨੇ ਤੁਹਾਡੇ ਬਾਰੇ ਕਿਹਾ ਸੀ, ਕਹਿੰਦੇ ਦਲਜੀਤ ਅਤੇ ਗਿੱਪੀ ਜਾਂ ਜਿਸ ਮੁਕਾਮ 'ਤੇ ਹੈਗੇ ਨੇ ਨਾ, ਜਸਟ ਬਿਕੋਜ਼ ਆਫ ਹਿਸ ਡੈਡੀਕੇਸ਼ਨ, ਉਹ ਕਿੰਨੇ ਪੈਸ਼ਨੇਟ ਆਪਣੇ ਕੰਮ ਨੂੰ ਲੈ ਕੇ, ਤਾਂ ਉਹ ਵੀ ਚਾਹੁੰਦੇ ਆ ਕਿ ਇਹ ਚੀਜ਼ਾਂ ਹੋਣ ਵਾਪਸ। ਨਹੀਂ ਨਹੀਂ, ਅਸੀਂ ਚਾਹੁੰਦੇ ਹਾਂ, ਮੈਂ ਤਾਂ ਖੁਦ ਚਾਹੁੰਦਾ ਵਾਂ, ਬਟ ਸਾਨੂੰ ਐਕਚੁਅਲੀ ਕੀ ਆ ਕਿ ਦਲਜੀਤ ਦਾ ਮੈਨੂੰ ਪਤਾ ਨਹੀਂ, ਮੈਨੂੰ ਤਾਂ ਅੱਜ ਤੱਕ ਕਿਸੇ ਨੇ ਅਪਰੋਚ ਹੀ ਨਹੀਂ ਕੀਤਾ, ਮੈਨੂੰ ਅੱਜ ਤੱਕ ਕਿਸੇ ਨੇ ਆ ਕੇ ਇਹ ਗੱਲ ਕਹੀ ਨਹੀਂ ਗੀ ਕਿ ਯਾਰ ਆਪਾਂ ਫਿਲਮ ਕਰਨੀ। ਈਵਨ ਹੁਣ ਅਸੀਂ ਪਿੱਛੇ ਇੱਕ, ਮੈਂ ਤੁਸੀਂ ਦੇਖੋ ਮੇਰੇ ਤਾਂ ਦਲਜੀਤ ਤਾਂ ਤੁਸੀਂ ਹੋਰ ਕਿਹੜਾ ਕਿਸਦੇ ਆਈ ਆ, ਜਿਵੇਂ ਅਮਰਿੰਦਰ ਜਦੋਂ ਅਸਟੈਬਲਿਸ਼ ਵੱਡਾ ਆਰਟਿਸਟ ਹੈ, ਇੰਡੀਪੈਂਡੈਂਟ ਐਮੀ ਹੈ, ਕਿਸੇ ਦੀ ਇਕੱਠੀ ਕੋਂਬੀਨੇਸ਼ਨ 'ਚ ਫਿਲਮ ਹੀ ਨਹੀਂ ਆਈ ਦੋ ਹੀਰੋ ਵਾਲੀ। ਈਵਨ ਕਿਹਾ ਮੈਂ ਪਿੱਛੇ ਹੁਣ ਇੱਕ, ਮੈਂ ਫਿਲਮ ਇੱਕ ਸਾਈਨ ਕੀਤੀ ਆ, ਅਤੇ ਉਹ ਕਿਸੇ ਨਾਲ ਹੈਗੀ ਆ ਦੋ ਹੀਰੋ ਦੀ, ਹੈ ਨਾ, ਅਤੇ ਉਹ ਹੁਣ ਆਉਣੀ ਆ, ਉਹ ਵੀ ਜਾਣੀ ਕਿ ਐਂ ਮੁੜ ਜਾਂਦੀ ਸੀ, ਆਉਂਦੀ ਸੀ ਮੁੜ ਜਾਂਦੀ ਸੀ, ਜਦਕਿ ਅਸੀਂ ਦੋਨੇ ਚਾਹੁੰਦੇ ਕਿ ਵੀ ਕਰ ਲਈਏ, ਸਾਡੇ ਕੋਲ ਆਈ ਨਹੀਂ, ਐਕਸਾਈਟਮੈਂਟ ਵਧਾ ਦਿੱਤੀ ਯਾਰ, ਉਹ ਹੁਣ ਟੱਚ ਆਊਟ ਫਾਈਨਲੀ ਜਾ ਕੇ ਹੋਈ ਆ,
ਅਤੇ ਉਹ ਆਊਗੀ। ਮੈਨੂੰ ਤਾਂ ਐਂ ਲੱਗਦਾ ਕਿ ਮਲਟੀ ਸਟਾਰ ਫਿਲਮਾਂ ਆਉਣੀਆਂ ਚਾਹੀਦੀਆਂ, ਮੈਂ ਬਹੁਤ ਕਹਿਣਾ ਵਾਂ ਕਿ ਆਉਣੀਆਂ ਚਾਹੀਦੀਆਂ, ਔਰ ਜੇ ਕੋਈ ਵਧੀਆ ਆਊਗੀ ਜ਼ਰੂਰ ਕਰਾਂਗੇ। ਯੈਸ ਐਂਡ ਗਿੱਪੀ ਵੀਰੇ, ਡਿਊਰਿੰਗ ਦ ਟਾਈਮ ਆਫ ਪ੍ਰਮੋਸ਼ਨ ਜੀ ਮੈਂ ਨਾ ਤੁਹਾਨੂੰ ਨਾ ਕੰਟੀਨਿਊਟੀ 'ਚ ਦੇਖਿਆ ਆ, ਲਾਈਕ ਅਰਦਾਸ ਵੇਲੇ ਵੀ ਦੇਖਿਆ ਸੀਗਾ, ਅਰਦਾਸ ਕਰਾਂ ਵਿੱਚ ਵੀ ਦੇਖਿਆ, ਦੈਨ ਹੁਣ ਮਤਲਬ ਪੱਗ ਜਿਹੜੇ ਤੁਸੀਂ ਹੈ ਨਾ ਪੱਗ ਬੰਨੀ ਹੋਈ ਆ, ਇਹ ਤੁਸੀਂ ਕੰਟੀਨਿਊਟ ਹੁਣ ਤੁਸੀਂ ਪ੍ਰਮੋਸ਼ਨ ਤੋਂ ਬਾਅਦ ਵੀ ਹੁਣ ਫਿਲਮ ਤਾਂ ਰਿਲੀਜ਼ ਹੋ ਚੁੱਕੀ ਆ ਜੀ ਜੀ, ਹੁਣ ਇਹ ਡਿਊਰਿੰਗ ਦ ਟਾਈਮ ਆਫ ਪੀਰੀਅਡ ਵੀ ਤੁਸੀਂ ਪੱਗ ਬੰਨੀ ਹੋਈ ਆ, ਜਿਹੜੀ ਕਿ ਤੁਹਾਡੀ ਵਾਕਈ ਬੜੀ ਸੋਹਣੀ ਲੁੱਕ ਲੱਗ ਰਹੀ ਹੈ, ਤਾਂ ਇਹ ਇਹ ਅਲੱਗ ਇੱਕ ਸੋਹਣਾ ਸਰਦਾਰ ਗਿੱਪੀ ਸਾਨੂੰ ਜਿਹੜਾ ਕੰਟੀਨਿਊਟੀ 'ਚ ਦੇਖਣ ਨੂੰ ਮਿਲਿਆ, ਤਾਂ ਮੈਂ ਜ਼ਰੂਰ ਪੁੱਛੂਗਾ ਗਿੱਪੀ ਵੀਰੇ ਤੁਹਾਨੂੰ ਕਿਵੇਂ ਹੁੰਦਾ ਹੈ ਕਿ ਨਹੀਂ। ਮੈਨੂੰ ਆਪ ਨੂੰ ਮੈਨੂੰ ਸਾਰੇ ਕਹਿੰਦੇ ਆ ਲੁੱਕ ਜ਼ਿਆਦਾ ਵਧੀਆ ਲੱਗਦੀ ਆ, ਅਤੇ ਫਿਰ ਮੈਂ ਹੁਣ ਤੁਸੀਂ ਫੀਲ ਕੀਤੀ ਹੈ, ਮੈਂ ਵੀ ਕਾਫੀ ਟਾਈਮ ਤੋਂ ਮੈਂ ਇਸੇ ਹੀ ਲੁੱਕ 'ਚ, ਈਵਨ ਇੱਕ ਦੋ ਚੀਜ਼ਾਂ ਹੋਰ ਆ ਰਹੀਆਂ ਸੀ ਉਹ ਵੀ ਹੁਣ ਕੰਟੀਨਿਊ ਇਸੇ ਲੁੱਕ 'ਚ ਅੱਗੇ ਹੋ ਗਈਆਂ। ਵਾਹ, ਹਾਂ ਬੜਾ ਸੋਹਣਾ ਲੱਗ ਰਿਹਾ ਭਾਈ। ਥੈਂਕ ਯੂ ਐਂਡ ਥੈਂਕ ਯੂ ਸੋ ਮਚ ਥੈਂਕ ਯੂ ਫੋਰ ਦ ਇੰਟਰਵਿਊ। ਥੈਂਕ ਯੂ ਐਂਡ ਮੈਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ, ਮੈਨੂੰ ਐਂ ਲੱਗਦਾ ਕਿ ਤੁਹਾਡੇ ਬੈਂਚ ਮਾਰਕ ਆਈ ਵਿਸ਼ ਐਂਡ ਆਈ ਪ੍ਰੇ ਕਿ ਹਮੇਸ਼ਾ ਸੈੱਟ ਹੁੰਦੇ ਰਹਿਣ। ਥੈਂਕ ਯੂ ਸੋ ਮਚ ਭਾਈ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ।